ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰੰਗ ਮਹਲਾ ਚੌਥਾ, ਘਰ ਪੰਜਵਾਂ, ਦੁੱਪ ਦੇ ਪੜਤਾਲ। ਸਾਰੰਗ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਨ ਸਿਰਿਆ ਤਿਨੈ ਸਵਾਰਿਆ। ਜਿਸ ਅਕਾਲ ਪੁਰਖ ਨੇ ਦੁਨੀਆਂ ਨੂੰ ਬਣਾਇਆ ਹੈ, ਉਹੀ ਅਕਾਲ ਪੁਰਖ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਉਪਦੇਸ਼ ਦੇ ਕੇ ਸਵਾਰਦੇ ਪਏ, ਜੀਵਨ ਬਖਸ਼ਿਸ਼ ਕਰਦੇ ਪਏ। ਐਸੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਪੰਜਵੇਂ ਘਰ ਦੇ ਅੰਦਰ ਇਹ ਗਾਉਣ ਦਾ ਹੁਕਮ ਹੈ। ਜਿਸ ਵੇਲੇ ਰਾਗ ਪੜ੍ਹਦੇ ਗੁਰੂ ਕੇ ਗਵਈਏ, ਗੁਰੂ ਕੇ ਰਾਗੀ ਸਿੰਘ ਰਾਗ ਪੜ੍ਹਦੇ ਤੇ ਪੰਜਵੇਂ ਘਰ ਦਾ ਇਹ ਸ਼ਬਦ ਮਹਾਰਾਜ ਗਾਉਣ ਦਾ ਹੁਕਮ ਕਰਦੇ। ਦੋ ਦੋ ਪੌੜੀਆਂ ਦੇ ਇਹ ਸ਼ਬਦ ਜੋ ਆਪਾਂ ਅੱਜ ਸਰਵਣ ਕਰ ਰਹੇ ਹਾਂ, ਇਹ ਇੱਕ ਸ਼ਬਦ ਦੋ ਪੌੜੀਆਂ ਦਾ, ਦੂਜਾ ਸ਼ਬਦ ਦੋ ਪੌੜੀਆਂ ਦਾ, ਇਹ ਦੋ ਪੌੜੀਆਂ ਦੇ ਸ਼ਬਦ ਪ੍ਰਾਪਤ ਹੋਣਗੇ। ਅੱਗੇ ਮਹਾਰਾਜ ਨੇ ਬਚਨ ਲਿਖਿਆ ਪੜਤਾਲ, ਪੜਤਾਲ ਤੋਂ ਜਿਸ ਦੇ ਵਿੱਚ ਪਾਂਠਵੇਂ ਤਾਲ ਪੈਂਦੇ ਹੋ। ਜਦੋਂ ਕੋਈ ਰਾਗੀ ਸਿੰਘ ਇਸ ਰਾਗ ਨੂੰ ਸ਼ਬਦ ਨੂੰ ਗਾਉਂਦਾ ਹੈ ਤੇ ਇਹਦੇ ਵਿੱਚ ਪਾਂਠਵੇਂ ਤਾਲ ਪੈਂਦੇ ਨੇ, ਭਾਵ ਕਿ ਇੱਕ ਸ਼ਬਦ ਨੂੰ ਕਈ ਤਾਲਾਂ ਵਿੱਚ ਪੜਿਆ ਜਾਂਦਾ ਹੈ। ਜਿਵੇਂ ਕਿ ਤਿੰਨ ਤਾਲ ਹੈ, ਇਸੇ ਤਰ੍ਹਾਂ ਝੱਪ ਤਾਲ ਹੈ, ਦੀਪ ਚੰਦੀ ਤਾਲ ਹੈ, ਤਾਲਾਂ ਦੇ ਨਾਮ ਨੇ। ਪੜਤਾਲ ਜਿਹਦੇ ਵਿੱਚ ਪਾਂਠਵੇਂ ਕਈ ਤਰ੍ਹਾਂ ਦੇ ਤਾਲ, ਥੋੜ੍ਹਾ ਜਿਹਾ ਸ਼ਬਦ ਗਾਇਆ ਇੱਕ ਤਾਲ ਦੇ ਵਿੱਚ, ਫਿਰ ਉਸੇ ਸ਼ਬਦ ਨੂੰ ਦੂਜੇ ਤਾਲ ਵਿੱਚ ਹੋਰ ਲੈ ਬਣਾ ਲਈ, ਫਿਰ ਉਸੇ ਸ਼ਬਦ ਨੂੰ ਹੋਰ ਤਾਲ ਵਿੱਚ ਹੋਰ ਲੈ ਬਣਾ ਲਈ, ਇਸ ਤਰ੍ਹਾਂ ਇਹਨੂੰ ਪੜਤਾਲ ਕਹਿੰਦੇ ਨੇ। ਕਈ ਤਾਲਾਂ ਦੇ ਵਿੱਚ ਗਾਉਣ ਵਾਲਾ ਸ਼ਬਦ। ਪੜਤਾਲ ਦਾ ਅਰਥ ਵਿਦਵਾਨ ਇੱਕ ਵੀ ਕਰਦੇ ਨੇ, ਪਰਮਾਤਮਾ ਦੀ ਪੜਤਾਲ ਕਰ, ਉਹਨੂੰ ਲੱਭ ਪਾਈ, ਜਿਹਦੇ ਵਾਸਤੇ ਦੁਨੀਆਂ 'ਤੇ ਆਇਆ ਉਹਨੂੰ ਪਾਉਣ ਦਾ ਯਤਨ ਕਰ। ਮੈਂ ਕਿਉਂ ਆਇਆ ਦੁਨੀਆਂ ਵਿੱਚ, ਮੈਂ ਆ ਕੇ ਕੀਤਾ ਕੀ ਹੈ, ਇਹ ਆਪਣੇ ਮਨ ਵਿੱਚ ਕਦੇ ਪੜਤਾਲ ਕਰਿਆ ਕਰ, ਕਦੇ ਸੋਚਿਆ ਕਰ। ਕੋਈ ਵਸਤੂ ਗੁਆਚ ਜਾਵੇ, ਲੱਭੇ ਨਾ, ਤੇ ਆਪਾਂ ਆਮ ਹੀ ਸੁਭਾਵਕ ਕਹਿ ਦਿੰਦੇ ਪੜਤਾਲ ਕਰੋ ਕਿੱਥੇ ਹੈ, ਲੱਭੋ ਭਾਈ ਉਹਨੂੰ। ਪਾਤਸ਼ਾਹ ਕਹਿੰਦੇ ਆਪਣੇ ਮਨ ਦੇ ਵਿੱਚ ਪੜਤਾਲ ਕਰ, ਮਨ ਵਿੱਚ ਵਿਚਾਰਿਆ ਕਰ, ਮੈਂ ਦੁਨੀਆਂ 'ਤੇ ਕਿਉਂ ਆਇਆ, ਕਾਹਦੇ ਵਾਸਤੇ ਆਇਆ, ਜਿਸ ਵਾਸਤੇ ਮੈਂ ਆਇਆ ਹਾਂ ਕਿ ਉਹ ਮੈਂ ਕੰਮ ਕਰ ਲਿਆ ਹੈ ਜਾਂ ਨਹੀਂ ਕੀਤਾ ਹੈ, ਜੇ ਨਹੀਂ ਕੀਤਾ ਹੈ ਤਾਂ ਉਸ ਨੂੰ ਕਰਨ ਦਾ ਯਤਨ ਕਰ। ਇਸ ਤਰ੍ਹਾਂ ਇਹ ਪੜਤਾਲ ਮਹਾਰਾਜ ਬਖਸ਼ਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਰੱਬ ਦੇ ਨਾਮ ਜ਼ਰੂਰ ਬੇਅੰਤ ਨੇ, ਪਰ ਸਾਰਿਆਂ ਨਾਮਾਂ ਦੇ ਦੇਣ ਵਾਲਾ ਕਹਿਣ ਵਾਲਾ ਇੱਕੋ ਹੀ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਅੱਖਰ ਏਕਾ ਲਿਖਿਆ ਮਹਾਰਾਜ ਨੇ, ਉਹ ਵੀ ਗਣਿਤ ਦਾ। ਇੱਥੇ ਮਹਾਰਾਜ ਨੇ ਸਾਰੇ ਸੰਸੇ ਅਤੇ ਭਰਮ ਦੂਰ ਕਰ ਦਿੱਤੇ, ਸੋ ਏਕਾ ਲਾ ਕੇ ਮਹਾਰਾਜ ਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਇੱਕ ਹੈ ਪਰਮੇਸ਼ਰ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ। ਸਤਿਗੁਰ ਪ੍ਰਸਾਦ ਗੁਰੂ ਕਿਰਪਾ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ, ਗੁਰੂ ਬਖਸ਼ਿਸ਼ ਕਰੇ ਅਤੇ ਤਾਂ ਉਹ ਪਰਮਾਤਮਾ ਮਿਲਦਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਐਸੇ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜਪ ਮਨ
ਜਗਨਨਾਥ ਜਗਦੀਸ਼ਰੋ ਜਗ ਜੀਵਨੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜਪਿਆ ਕਰ ਪਰਮੇਸ਼ਰ ਦੇ ਨਾਮ। ਸਿੱਖਾਂ ਨੇ ਪੁੱਛਿਆ, ਮਹਾਰਾਜ ਕੀ ਨਾਮ ਹੈ ਉਸ ਪਰਮੇਸ਼ਰ ਦਾ ਜਿਹਨੂੰ ਜਪਣ ਵਾਸਤੇ ਆਖਦੇ? ਪਾਤਸ਼ਾਹ ਕਹਿੰਦੇ, ਹੇ ਮੇਰਿਆ ਮਨਾ, ਉਹਦਾ ਨਾਮ ਹੈ ਜਗਨਨਾਥ, ਜਗਤ ਦਾ ਮਾਲਕ, ਸੰਸਾਰ ਦਾ ਮਾਲਕ, ਸੰਸਾਰ ਨੂੰ ਬਣਾਉਣ ਵਾਲਾ। ਉਹਨੂੰ ਕਿਹਾ ਹੈ ਜਗਨਨਾਥ, ਜਗਤ ਦਾ ਮਾਲਕ, ਉਹਦੇ ਨਾਮ ਨੂੰ ਜਪ। ਤੇ ਕਿਸੇ ਨੇ ਸਵਾਲ ਕੀਤਾ, ਮਹਾਰਾਜ ਜਗਨਨਾਥ ਤੇ ਕਈ ਬੰਦਿਆਂ ਦਾ ਵੀ ਨਾਮ ਹੁੰਦਾ, ਕੀ ਤੁਸੀਂ ਬੰਦਿਆਂ ਦਾ ਨਾਮ ਜਪਣ ਨੂੰ ਕਹਿੰਦੇ ਹੋ? ਫਲਾਣੇ ਬੰਦੇ ਦਾ ਨਾਮ ਜਗਨਨਾਥ ਹੈ। ਪਾਤਸ਼ਾਹ ਕਹਿੰਦੇ, ਨਹੀਂ, ਅਸੀਂ ਇਸ ਕਰਕੇ ਆਸਿਆ ਜਗਦੀਸ਼ਰੋ, ਜਿਹੜਾ ਜਗਤ ਦਾ ਈਸ਼ਵਰ ਹੈ, ਜਗਤ ਦਾ ਮਾਲਕ ਹੈ, ਤਾਂ ਆਖਿਆ ਭਾਈ। ਉਹਨੂੰ ਜਗਨਨਾਥ ਵੀ ਕਹਿੰਦੇ ਨੇ, ਉਹਨੂੰ ਜਗੀਸ਼ਵਰ ਵੀ ਕਹਿੰਦੇ ਨੇ, ਜਗਦੀਸ਼ਵਰ ਵੀ ਕਹਿੰਦੇ, ਜਗਤ ਦਾ ਈਸ਼ਵਰ, ਜਗਤ ਦਾ ਮਾਲਕ। ਤੇ ਕਿਸੇ ਸਿੱਖ ਨੇ ਸਵਾਲ ਕੀਤਾ, ਮਹਾਰਾਜ ਈਸ਼ਵਰ ਤੇ ਦੁਨੀਆਂ ਵਿੱਚ ਬ੍ਰਹਮਾ ਨੂੰ ਵੀ ਆਖਿਆ ਜਾਂਦਾ, ਈਸ਼ਵਰ ਤੇ ਦੁਨੀਆਂ ਦੇ ਵਿੱਚ ਇਸੇ ਤਰ੍ਹਾਂ ਵਿਸ਼ਨੂੰ ਨੂੰ ਆਖਿਆ ਜਾਂਦਾ, ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਵਤੀ। ਮਹਾਰਾਜ ਕੀ ਗੱਲ, ਤੁਸੀਂ ਇਹਨਾਂ ਦਾ ਨਾਮ ਲੈਣ ਵਾਸਤੇ ਆਖਦੇ ਕਿ ਇਹਨਾਂ ਦਾ ਨਾਮ ਜਪੀਏ? ਮਹਾਰਾਜ ਕਹਿੰਦੇ, ਨਹੀਂ, ਅੱਗੇ ਬਚਨੇ ਜਗ ਜੀਵਨੋ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ, ਭਾਈ ਪਿਆਰਿਓ, ਅਸੀਂ ਉਹਦੀ ਗੱਲ ਕਰਦੇ ਪਏ ਹਾਂ। ਇੱਥੇ ਕਿਸੇ ਦੇਵਤੇ ਦੀ ਗੱਲ ਨਹੀਂ ਆਖੀ ਹੈ, ਕਿਸੇ ਬੰਦੇ ਦੇ ਨਾਮ ਨੂੰ ਜਪਣ ਨੂੰ ਨਹੀਂ ਆਖਿਆ। ਜਿਹੜਾ ਜਗ ਜੀਵਨੋ ਹੈ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ, ਅਸੀਂ ਤੇ ਉਹਦੇ ਨਾਮ ਨੂੰ ਜਪਣ ਵਾਸਤੇ ਤੁਹਾਨੂੰ ਆਖਦੇ ਹਾਂ। ਮਨਮੋਹਨ ਸਿਉਂ ਪ੍ਰੀਤ ਲਾਗੀ। ਸਿੱਖ ਨੇ ਸਵਾਲ ਕੀਤਾ, ਮਹਾਰਾਜ ਜਗਤ ਨੂੰ ਜੀਵਨ ਤੇ ਪਾਣੀ ਵੀ ਦਿੰਦਾ ਹੈ, ਆਪ ਬਚਨ ਨਹੀਂ ਪੜ੍ਹਦੇ? ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਮਹਾਰਾਜ ਜਗ ਸੰਸਾਰ ਨੂੰ ਜੀਵਨ ਤੇ ਪਾਣੀ ਵੀ ਦਿੰਦਾ ਨਾ, ਪਾਣੀ ਨਾਲ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ, ਮਨੁੱਖ ਨੂੰ ਪਿਆਸ ਲੱਗੇ ਤੇ ਉਹ ਪਾਣੀ ਪੀ ਕੇ ਪਿਆਸ ਬੁੱਝ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਇੱਥੇ ਪਾਣੀ ਦਾ ਨਹੀਂ, ਅਸੀਂ ਉਹਦੀ ਗੱਲ ਕਰਦੇ ਹਾਂ ਜਿਹੜਾ ਮਨ ਮੋਹਣ, ਜਿਹੜਾ ਮਨ ਨੂੰ ਮੋਹਣ ਵਾਲਾ ਹੈ, ਅਸੀਂ ਉਹਦੀ ਗੱਲ ਕੀਤੀ ਹੈ। ਮਨ ਨੂੰ ਮੋਹਣ ਵਾਲੇ ਪਰਮੇਸ਼ਰ ਦਾ ਨਾਮ ਜਪ, ਇਹ ਨਾਮ ਨੇ ਅਕਾਲ ਪੁਰਖ ਦੇ, ਤੇ ਉਹਦੇ ਨਾਮ ਨੂੰ ਜਪਣਾ ਕਰ। ਉਸ ਵੇਲੇ ਸਿੱਖਾਂ ਨੇ ਫਿਰ ਆਖਿਆ, ਕਹਿਣ ਲੱਗੇ, ਮਹਾਰਾਜ ਮਨ ਨੂੰ ਮੋਹਣ ਵਾਲੀ ਤੇ ਮਾਇਆ ਹੈ, ਮਾਇਆ ਮਨੋ ਨਾ ਵਿਸਰੈ ਮੰਗ ਹੈ ਦਮਾ ਦਮ, ਇਹ ਮਨ ਨੂੰ ਤੇ ਫਿਰ ਮਾਇਆ ਮੋਹਦੀ ਹੈ। ਸਤਿਗੁਰੂ, ਮਨ ਮੋਹਣ, ਮਨ ਨੂੰ ਮੋਹਣ ਵਾਲੀ ਮਾਇਆ, ਫਿਰ ਮਾਇਆ ਦਾ ਨਾਮ ਜਪੀਏ? ਤੁਸੀਂ ਮਾਇਆ ਨੂੰ ਜਪਣ ਵਾਸਤੇ ਆਖਦੇ? ਪਾਤਸ਼ਾਹ ਕਹਿੰਦੇ, ਨਹੀਂ ਭਾਈ, ਜਿਹੜਾ ਮਨ ਨੂੰ ਮੋਹਣ ਵਾਲਾ ਪਰਮੇਸ਼ਰ ਹੈ, ਸਿਉਂ ਪ੍ਰੀਤ ਲੱਗ ਗਈ, ਉਹਦੇ ਨਾਲ ਸਾਡੀ ਪ੍ਰੀਤੀ ਲੱਗ ਗਈ ਹੈ, ਪ੍ਰੇਮ ਲੱਗ ਗਿਆ, ਤੁਸੀਂ ਵੀ ਉਹਦੇ ਪ੍ਰੇਮ ਨੂੰ ਲਾਉਣਾ ਕਰੋ। ਮੈਂ ਹਰ 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 ਟੇਕ ਸਭ ਦਿਨ ਸਭ ਰਾਤ। ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜੋ ਹਰ ਹਰ ਸਾਰੇ ਜੀਵਾਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ, ਐਸੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਹਰ ਕਹੀਏ ਹਰੇਕ ਜੀਵ ਨੂੰ ਹਰ ਹਰ ਹਰੇ ਭਰੇ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹਦੇ ਨਾਮ ਨੂੰ ਜਪ। ਸਿੱਖ ਦਾ ਸਵਾਲ ਇਹ ਹੈ, ਸਾਡਾ ਵੀ ਸਵਾਲ ਹੈ, ਮਹਾਰਾਜ ਜਪੀਏ ਕਦੋਂ? ਮਹਾਰਾਜ ਕਹਿੰਦੇ, ਸਭ ਦਿਨ ਹਰ ਰੋਜ਼ ਰੋਜ਼ ਜਪਿਆ ਕਰ, ਸਾਰਾ ਦਿਨ ਜਪਿਆ ਕਰ। ਪਾਤਸ਼ਾਹ ਫਿਰ ਰਾਤ, ਮਹਾਰਾਜ ਕਹਿੰਦੇ, ਸਭ ਰਾਤ ਰਾਤ ਨੂੰ ਵੀ ਜਪਿਆ ਕਰ।
ਦਿਨੇ ਵੀ ਜਪਿਆ ਕਰ। ਸਮਾਂ ਬੜਾ ਥੋੜਾ ਹੈ, ਸਾਨੂੰ ਲੱਗਦਾ ਵੀ ਉਮਰਾਂ ਬੜੀ ਲੰਮੀ 100 ਸਾਲ ਦੀ ਹੈ। ਕਿਸੇ ਵਿਦਵਾਨ ਨੇ ਆਖਿਆ 100 ਸਾਲ ਤੱਕ ਤੇ ਕੋਈ ਕੋਈ ਪਹੁੰਚਦਾ ਹੈ। ਮੰਨ ਲਓ ਕੋਈ ਪਹੁੰਚ ਵੀ ਜਾਵੇ ਤੇ 50 ਸਾਲ ਤੇ ਉਹਦੇ ਵਿੱਚੋਂ ਤੁਸੀਂ ਜ਼ਿੰਦਗੀ ਦੀਆਂ ਰਾਤਾਂ ਕੱਢ ਲਓ ਤੇ 50 ਸਾਲ ਨੇ ਦਿਨ ਤੇ ਫਿਰ ਉਮਰਾਂ ਤੇ ਅੱਧੀ ਰਹਿ ਗਈ ਨਾ, ਅੱਧੀ ਉਮਰਾਂ ਸੋਹਣਾ ਵੀ ਹੈ ਤੈਨੂੰ, ਸੋਹਣਾ ਵੀ ਹੈ ਤੇ ਫਿਰ 50 ਸਾਲ ਦੀ ਉਮਰਾਂ ਹੈ। 15 ਸਾਲ ਤੱਕ ਬੱਚੇ ਨੂੰ ਕੋਈ ਸੰਸਾਰ ਦੀ ਬਹੁਤੀ ਖਬਰ ਨਹੀਂ ਰਹਿੰਦੀ ਹੈ, ਖੇਡਣ ਵਿੱਚ ਹੀ ਲੰਘਾ ਦਿੰਦਾ ਤੇ 50 ਦੇ ਵਿੱਚੋਂ 15 ਕੱਢੀਏ ਤੇ 35 ਕੁ ਵੱਜ ਗਏ ਤੇ ਜਦੋਂ ਬੰਦਾ 80-85 ਸਾਲ ਤੋਂ ਉੱਪਰ ਹੋ ਜਾਂਦਾ ਨਾ, ਫਿਰ ਇੰਨਾ ਬਜ਼ੁਰਗ ਹੋ ਜਾਂਦਾ ਵੀ ਉਹ ਕੁਝ ਕਰ ਨਹੀਂ ਪਾਉਂਦਾ। ਕੰਨ ਸੁਣਨ ਤੋਂ ਰਹਿ ਗਏ, ਜ਼ੁਬਾਨ ਬੋਲਣ ਤੋਂ, ਅੱਖਾਂ ਵੇਖਣ ਤੋਂ। ਇਹ ਜਿਹੜੇ 15 ਸਾਲ ਉੱਪਰ ਦੇ ਨੇ, ਇਹ ਵੀ ਕਿਸੇ ਲੇਖੇ ਵਿੱਚ ਨਹੀਂ ਆਇਆ, ਇਹਦੇ ਵਿੱਚ ਵੀ ਨਾਮ ਜਪਣਾ ਔਖਾ ਹੋ ਜਾਣਾ ਤੇ 35 ਵਿੱਚੋਂ 15 ਕੱਢੇ ਦੇ ਮਗਰ 20 ਰਹਿ ਗਏ। 100 ਸਾਲ ਦੀ ਗਿਣਤੀ ਹੈ, 100 ਦੇ ਵਿੱਚੋਂ 20 ਬਾਕੀ ਬਚੇ। ਜਿਹੜੇ 20 ਸਾਲ ਬਚੇ ਨੇ, ਇਹਨਾਂ 20 ਸਾਲਾਂ ਦੇ ਵਿੱਚ ਤੁਸੀਂ ਪ੍ਰਸ਼ਾਦਾ ਵੀ ਛਕਣਾ ਹੈ, ਇਸ਼ਨਾਨ ਵੀ ਕਰਨਾ ਹੈ, ਰਿਸ਼ਤੇਦਾਰੀ 'ਤੇ ਵੀ ਆਉਣਾ ਜਾਣਾ, ਕੰਮ ਕਾਰ ਵੀ ਕਰਨਾ ਅਤੇ ਮਗਰ 'ਤੇ 0 ਹੀ ਬਚਣੀ ਆ ਗਈ। ਇਹ ਲੱਗਦਾ ਜ਼ਰੂਰ ਹੈ ਵੀ ਉਮਰਾਂ ਬੜੀ ਲੰਮੀ ਹੈ 100 ਸਾਲ ਦੀ, ਕਦੇ ਉਮਰਾਂ ਨੂੰ ਵੰਡ ਕੇ ਅਤੇ ਵੇਖੀਏ ਤਾਂ ਕੁਝ ਵੀ ਨਹੀਂ ਮਗਰ ਨਿਕਲਦਾ। ਇਸ ਕਰਕੇ ਮਹਾਰਾਜ ਨੇ ਆਖਿਆ, ਦਿਨ ਰਾਤੀਆਂ ਰੱਦ ਹੋ ਪਿਆਰੋ ਨਿਮਖ ਨਾ ਕੀਜੈ ਢੀਲਾ। ਕੋਈ ਬੰਦਾ 60 ਸਾਲ ਦਾ ਨਾ, ਉਹ ਬਚਪਨ ਦੀ ਗੱਲ ਸੁਣਾਵੇਗਾ, ਕੱਲ੍ਹ ਦੀ ਗੱਲ ਹੈ, 60 ਸਾਲ ਉਹਨੂੰ ਕੱਲ੍ਹ ਹੀ ਲੱਗਦੇ, ਇੰਨੀ ਛੇਤੀ ਉਮਰਾਂ ਨਿਕਲ ਗਈ ਹੈ। ਜਿਹਦੇ ਕੋਲ ਉਮਰਾਂ ਬਾਕੀ ਪਈ ਹੈ ਉਹ ਕਹਿੰਦਾ ਬੜੀ ਲੰਬੀ ਉਮਰਾਂ, 60 ਸਾਲ ਕਿਤੇ ਅੱਜ ਹੀ ਉਹ ਚੱਲੇ। ਜਿਹਨੇ 60 ਸਾਲ ਬਤੀਤ ਕਰ ਲਏ ਉਹ ਕਹਿੰਦਾ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਏ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਸਭ ਦਿਨ ਸਭ ਰਾਤ, ਦਿਨੇ ਵੀ ਜਪ ਰਾਤ ਵੀ ਜਪ, ਦਿਨ ਰਾਤੀਆਂ ਰਾਧੋ ਪਿਆਰੋ ਨਿਮਖ ਨਾ ਕੀਜੈ ਢਿੱਲ ਨਾ ਵਰਤਾ। ਥੋੜ੍ਹਾ ਜਿੰਨਾ ਸਮਾਂ ਵੀ ਢਿੱਲਾ ਨਾ ਪਾਏ, ਉਹਦੇ ਨਾਮ ਨੂੰ ਜਪ ਤੇਰਾ ਭਲਾ ਹੋਵੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਫਿਰ ਬਖਸ਼ਦੇ ਹਨ, ਜਪਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਜਿਹੜਾ ਸਾਰੇ ਜਗਤ ਦਾ ਮਾਲਕ ਹੈ ਨਾ ਨਾਥ, ਉਹਦੇ ਨਾਮ ਨੂੰ ਜਪ। ਜੋ ਪਰਮਾਤਮਾ ਸਾਰੇ ਜਗਤ ਦਾ ਈਸ਼ਵਰ ਹੈ ਉਹਦੇ ਨਾਮ ਨੂੰ ਜਪ। ਜਿਹੜਾ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ, ਇਹ ਪਰਮਾਤਮਾ ਦੇ ਨਾਮ ਨੇ, ਉਹਦੇ ਗੁਣ ਕਰਕੇ ਉਹਨਾਂ ਨੂੰ ਜਪਣਾ ਕਰ। ਮਨ ਮੋਹਣ ਸਿਓ ਪ੍ਰੀਤ ਲਾਗੀ, ਜਿਹੜਾ ਮਨ ਨੂੰ ਮੋਹਣ ਵਾਲਾ ਪਰਮੇਸ਼ਰ ਹੈ ਉਹਦੇ ਨਾਲ ਆਪਣੇ ਮਨ ਦੀ ਪ੍ਰੀਤੀ ਗੁਰੂ ਕਿਆ ਸਿਖਾ ਲਾਉਣਾ ਕਰ। ਮੈਂ ਹਰ 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 ਟੇਕ ਸਭ ਦਿਨ ਸਭ ਰਾਤ। ਕਰਕੇ ਭਾਈ ਜੋ ਸਾਰੇ ਜੀਵਾਂ ਨੂੰ ਹਰ ਕਹੀਏ, ਹਰੇਕ ਜੀਵ ਨੂੰ ਹਰ ਹਰ ਹਰਿਆ ਕਰਨ ਵਾਲਾ ਪਰਮੇਸ਼ਰ ਹੈ, ਉਹਦੀ ਟੇਕ ਕਹੀਏ, ਉਹਦਾ ਆਸਰਾ ਲੈ ਗੁਰੂ ਕਿਆ ਸਿੱਖਾ, ਦਿਨੇ ਵੀ ਤੇ ਰਾਤ ਵੀ ਉਹਦੇ ਆਸਰੇ ਨੂੰ ਮੰਨਣਾ ਕਰ। ਰਹਾਉ ਹਰ ਕੀ ਉਪਮਾ ਅਨੇਕ 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 ਗੁਣ ਗਾਵਤ। ਮਹਾਰਾਜ ਕਹਿੰਦੇ ਪਰਮਾਤਮਾ ਦੀ ਜਿਹੜੀ ਉਪਮਾ ਹੈ ਨਾ, ਉਪਮਾ ਕਹੀਏ ਵਡਿਆਈ, ਹਰ ਕੀ ਉਪਮਾ ਅਨਕ 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 ਗੁਣ ਗਾਵਤ। ਅਨਕ ਤੋਂ ਭਾਵ ਹੁੰਦਾ ਹੈ ਬੇਅੰਤ। ਆਪਾਂ ਰਹਿ ਰਾਸ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ ਨਾ, ਤੇਰੀ ਅਣਕ ਕਰੇ ਹਰ ਪੂਜਾ ਜੀ। ਅਣਕ ਤੋਂ ਭਾਵ ਬੇਅੰਤ, ਜਿਹੜੇ ਗਿਣਤੀ 'ਚ ਨਾ ਆਉਣ। ਸਤਿਗੁਰੂ ਪਾਤਸ਼ਾਹ ਕਹਿੰਦੇ ਹਰੀ ਪਰਮਾਤਮਾ ਦੀ ਪਿੱਛੇ ਵੀ ਜਿਹੜਾ ਸਮਾਂ ਲੰਘ ਗਿਆ ਨਾ ਸਾਡੇ ਤੋਂ ਪਹਿਲਾਂ, ਉਦੋਂ ਵੀ ਉਸ ਦੀ ਉਪਮਾ ਅਣਕ ਕਹੀਏ ਬੇਅੰਤ ਹੈ।
ਜਿਹੜਾ ਸਮਾਂ ਹੁਣ ਚੱਲਦਾ ਪਿਆ, ਆਪਾਂ ਉਪਮਾ ਕਰਦੇ ਵੀ ਰਹੀਏ, ਹੁਣ ਵੀ ਉਹਦੀ ਉਪਮਾ ਬੇਅੰਤੀ ਹੈ, ਹੁਣ ਵੀ ਕਿਸੇ ਤੋਂ ਅੰਤ ਨਹੀਂ ਪਾਇਆ ਜਾ। ਭਾਵੇਂ ਕਿ ਕਿੰਨਾ ਵੀ ਸਾਇੰਸ ਦਾ ਯੁੱਗ ਹੈ, ਕਿੰਨਾ ਕੋਈ ਦੁਨੀਆਂ 'ਤੇ ਆਵਿਸ਼ਕਾਰ ਹੋ ਗਏ ਨੇ, ਪਰ ਪਰਮਾਤਮਾ ਦਾ ਅੰਤ 'ਤੇ ਫਿਰ ਵੀ ਨਹੀਂ। ਪਾਤਾਲਾ ਪਾਤਾ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ, ਲੱਭਣ ਵਾਲੇ ਥੱਕ ਜਾਣਗੇ, ਸਾਇੰਸ ਥੱਕ ਜਾਏਗੀ, ਸੰਸਾਰ ਸਾਇੰਸ ਦੇ ਬਣਾਏ ਹੋਏ ਜਿਹੜੇ ਸਾਧਨ ਨੇ ਥੱਕ ਜਾਣਗੇ, ਰੱਬ ਦਾ ਅੰਤ ਕਿਸੇ ਤੋਂ ਨਹੀਂ ਪਾਇਆ ਜਾ। ਹੁਣ ਵੀ ਉਹ ਬੇਅੰਤ ਹੈ, ਜਿਹੜਾ ਅੱਗੇ ਸਮਾਂ ਆਉਣਾ ਹੈ ਉਸ ਸਮੇਂ ਵਿੱਚ ਵੀ ਉਹ ਪਰਮਾਤਮਾ ਬੇਅੰਤ ਹੀ ਹੋਵੇਗਾ, ਉਦੋਂ ਵੀ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਹਰ ਕੀ ਉਪਮਾ ਅਨੇਕ 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 ਗੁਣ ਗਾਵਤ। ਹਰੀ ਪਰਮਾਤਮਾ ਦੀ ਉਪਮਾ ਜਿਹੜੀ ਹੈ ਨਾ, ਉਹ ਅਨਕ ਹੈ। ਅਨਕ ਇਹ ਮਨ ਕਰਕੇ ਵੀ ਉਸਦੇ ਨਾਮ ਨੂੰ ਜਪ, ਮਨ ਕਰਕੇ ਵੀ ਉਹ ਬੇਅੰਤ ਹੈ। ਭਾਵੇਂ ਕਿ ਮਨ ਸਾਡਾ ਬੜਾ ਦੌੜਦਾ ਹੈ, ਦੂਰ ਤੱਕ ਬੜੀ ਝਾਟੀ ਪਹੁੰਚ ਜਾਂਦਾ ਹੈ, ਪਰ ਇੰਨਾ ਭੱਜਣ ਵਾਲਾ ਮਨ ਪਰਮਾਤਮਾ ਦੀ ਉਪਮਾ ਦਾ ਅੰਤ ਨਹੀਂ ਪਾ ਸਕਦਾ। ਪਰਮਾਤਮਾ ਦੀ ਉਪਮਾ ਅਨਕ ਅਨਕ ਕਹੀਏ, ਬਾਣੀ ਕਰਕੇ ਵੀ ਬੇਅੰਤ ਹੈ। ਬਾਣੀ ਕਰਕੇ ਜਿਹੜੇ ਅਸੀਂ ਸ਼ਬਦ ਬੋਲਦੇ ਪਏ ਹਾਂ, ਇਹਨਾਂ ਕਰਕੇ ਵੀ ਬੇਅੰਤ ਹੈ, ਉਹਦਾ ਅੰਤ ਕੋਈ ਪਾਉਂਦਾ ਨਹੀਂ ਹੈ। ਫਿਰ ਬਖਸ਼ਿਸ਼ ਕਰਦੇ ਹਨ, ਹਰ ਕੀ ਉਪਮਾ ਅਨੇਕ 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 ਗੁਣ ਗਾਵਤ। ਪਰਮਾਤਮਾ ਦੀ ਉਪਮਾ ਤਨ ਕਰਕੇ ਵੀ ਬੇਅੰਤ ਹੈ। ਸਾਰੀ ਉਮਰ ਲੱਗੇ ਰਹੋ ਲਿਖਣ ਵਾਸਤੇ, ਪਰਮਾਤਮਾ ਦੀ ਸਿਫਤ, ਕਾਗਜ਼ ਮੁੱਕ ਜਾਣਗੇ, ਹੱਥ ਘਸ ਜਾਣਗੇ, ਪਰਮਾਤਮਾ ਦੀ ਉਪਮਾ ਤੇ ਤਨ ਕਰਕੇ ਵੀ ਨਹੀਂ ਕੋਈ ਕਰ ਸਕਦਾ। ਤਨ ਕਰਕੇ ਤਨ ਥੱਕ ਜਾਣਗੇ, ਸਰੀਰ ਥੱਕ ਜਾਣਗੇ, ਉਪਮਾ ਦਾ ਅੰਤ ਕੋਈ ਨਹੀਂ ਹੈ। ਇਸ ਤਰ੍ਹਾਂ ਦਾ ਉਹ ਪਰਮਾਤਮਾ ਬੇਅੰਤ ਹੈ। ਮਹਾਰਾਜ ਇਸੇ ਪੰਕਤੀ ਨੂੰ ਫਿਰ ਬਖਸ਼ਦੇ ਹਨ, ਹਰ ਕੀ ਉਪਮਾ ਅਨੇਕ 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 ਗੁਣ ਗਾਵਤ। ਪਰਮਾਤਮਾ ਦੀ ਜਿਹੜੀ ਉਪਮਾ ਹੈ ਉਹ ਅਨਕ ਕਹੀਏ ਬੇਅੰਤ ਹੈ, ਅਨੇਕ ਨਹੀਂ ਅਨਕ ਹੈ। ਕਹਿਣ ਲੱਗੇ ਪਰਮਾਤਮਾ ਦੀ ਉਪਮਾ ਅਨਕ ਕਹੀਏ ਬੇਅੰਤ ਹੈ। ਪਰਮਾਤਮਾ ਦੀ ਉਪਮਾ ਜਿਹੜੀ ਉਹ ਬੇਅੰਤ ਹੈ, ਆਉਣ ਵਾਲੇ ਸਮੇਂ ਵਿੱਚ ਵੀ ਬੇਅੰਤ ਹੋਵੇਗੀ, ਹੁਣ ਵਾਲੇ ਸਮੇਂ ਵਿੱਚ ਵੀ ਬੇਅੰਤ ਹੈ। ਜਿਹੜਾ ਪਿੱਛੇ ਸਮਾਂ ਲੰਘ ਗਿਆ ਉਹਦੇ ਵਿੱਚ ਵੀ ਉਸਦੀ ਉਪਮਾ ਅਨਕ ਕਹੀਏ ਬੇਅੰਤ ਹੈ। ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਕਨਨ ਨ ਜਾਤ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਕਾਲ ਪੁਰਖ ਤੇਰੀ ਉਪਮਾ ਨੂੰ ਸੁਖ ਨਾਮ ਸੁਖਦਿਓ ਰਿਖੀ ਦਾ ਹੈ, ਜਿਹੜਾ ਸੁੱਕੇ ਹੋਏ ਆਂਡੇ ਤੋਂ ਪੈਦਾ ਹੋਇਆ। ਪਿੱਛੇ ਆਪਾਂ ਬਚਨ ਸਰਵਣ ਕੀਤਾ ਸੀ ਨਾ ਕਥਾ ਦੇ ਵਿੱਚ, ਕਿ ਪਾਰਵਤੀ ਨੂੰ ਕਥਾ ਸੁਣਾਉਂਦਿਆਂ ਸ਼ਿਵਜੀ ਨੇ ਜਦੋਂ ਉਹ ਸੁੱਕੇ ਆਂਡੇ ਦੇ ਵਿੱਚੋਂ ਤੋਤਾ ਨਿਕਲਾਇਆ ਸੀਗਾ, ਉਹਨੇ ਹੁੰਗਾਰਾ ਭਰਿਆ, ਸਾਰੀ ਕਥਾ ਸੁਣੀ ਅਤੇ ਮੁੜ ਕੇ ਬਿਆਸ ਰਿਖੀ ਦੀ ਘਰਵਾਲੀ ਦੇ ਪੇਟ ਵਿੱਚ ਜਾ ਕੇ ਛੁਪ ਗਿਆ ਅਤੇ 12 ਸਾਲਾਂ ਬਾਅਦ ਜਾ ਕੇ ਜਨਮ ਲਿਆ। ਸੁਖਦੇਵ ਦਾ ਨਾਮ ਰੱਖਿਆ ਵੀ ਸੁੱਕੇ ਆਂਡੇ ਤੋਂ ਪੈਦਾ ਹੋਇਆ। ਕਹਿਣ ਲੱਗੇ ਐਸੇ ਰਿਖੀ ਜਿਨ੍ਹਾਂ ਦੇ ਜਨਮ ਹੀ 12 ਸਾਲਾਂ ਬਾਅਦ ਹੋਏ ਜਾ ਕੇ, ਅਤੇ ਉਹਨਾਂ ਨੇ ਬੜਾ ਭਾਰੀ ਤਪ ਕੀਤਾ। ਪਰ ਕਹਿਣ ਲੱਗੇ ਵੀ ਇਹ ਜਿਹੜੇ ਸੁਖਦਿਓ ਵਰਗੇ ਨੇ, ਇਹ ਵੀ ਤੇਰੀ ਉਪਮਾ ਨੂੰ ਕਹਿ ਨਹੀਂ ਸਕਦੇ, ਜਿਨ੍ਹਾਂ ਨੇ ਸਾਰਾ ਸਮਾਂ ਹੀ ਜੰਗਲ ਵਿੱਚ ਹੀ ਕੱਢ ਦਿੱਤਾ। ਬਿਆਸ ਜੀ ਆਪਣਾ ਪੁੱਤਰ ਜਾਣ ਕੇ ਮਗਰ ਮਗਰ ਸਮਝਾਇਆ ਕਰਨ, ਅਤੇ ਇਹ ਹੱਥ ਛੜਾ ਕੇ ਭੱਜਿਆ ਕਰੇ, ਕਹਿੰਦਾ ਬਾਪੂ ਮਗਰ ਨਾ ਆਇਆ ਕਰ, ਤੂੰ ਮੈਨੂੰ ਮੋਹ ਪਾਉਂਦਾ ਹੈ, ਮੋਹ ਕਰਕੇ ਤਾਂ ਮੈਨੂੰ ਅੱਗੇ ਕਈ ਜਨਮ ਮਿਲੇ ਨੇ, ਮੈਂ ਤੇਰੇ ਮੋਹ ਵਿੱਚ ਨਹੀਂ ਪੈਣਾ। ਬਾਪ ਦਾ ਮੋਹ ਹੀ ਛੱਡ ਦਿੱਤਾ ਮੁਕਤ ਹੋਣ ਵਾਸਤੇ। ਕਹਿੰਦੇ ਐਸੇ ਜਿਹੜੇ ਸੁਖਦਿਓ ਵਰਗੇ ਨੇ, ਉਹਨਾਂ ਨੇ ਵੀ ਪਰਮਾਤਮਾ ਦੀ ਉਪਮਾ ਨੂੰ ਬੇਅੰਤ ਆਖਿਆ ਹੈ। ਇਹਦੇ ਤੋਂ ਅੱਗੇ ਗੁਰਮੁਖ ਹੈ ਨਾਰਦ, ਨਾਰਦ ਨਾਮ ਦਾ ਇੱਕ ਮੁਨੀ ਹੋਇਆ।
ਕਹਿਣ ਲੱਗੇ ਇਹਨੇ ਵੀ ਤੇਰੇ ਨਾਮ ਨੂੰ ਜਪਿਆ ਪਰਮਾਤਮਾ, ਨਾਰਦ ਵੀ ਤੈਨੂੰ ਬੇਅੰਤ ਕਹਿੰਦਾ। ਨਾਰਦ ਪਿਛਲੇ ਜਨਮ ਦੇ ਵਿੱਚ ਨਾ ਕਿਸੇ ਸਾਧੂ ਦੀ ਸੰਗਤ ਵਿੱਚ ਚਲਾ ਗਿਆ। ਸਾਧੂ ਨੇ ਪੁੱਛਿਆ ਘਰ ਕੌਣ ਹੈ, ਕਹਿੰਦਾ ਜੀ ਘਰੇ ਇਕੱਲੀ ਮਾਂ ਹੀ ਹੈ। ਕਹਿੰਦੇ ਫਿਰ ਸਾਡੇ ਕੋਲ ਨਹੀਂ, ਮਾਂ ਦੀ ਜਾ ਕੇ ਸੇਵਾ ਕਰ। ਮਾਂ ਦੇ ਕੋਲ ਵਾਪਸ ਆ ਗਿਆ, ਪਰ ਇੱਛਾ ਇਹੋ ਹੀ ਹੈ ਵੀ ਇਹ ਮਾਂ ਜਿਹੜੀ ਹੈ ਮਰ ਜਾਵੇ ਤੇ ਮੈਂ ਛੇਤੀ ਨਾਲ ਸਾਧੂਆਂ ਦੀ ਸੰਗਤ ਵਿੱਚ ਜਾਵਾਂ। ਇੱਛਾ ਰੱਖੀ ਹੈ, ਇੱਕ ਸਾਲ ਸੇਵਾ ਕੀਤੀ ਤੇ ਇੱਛਾ ਇਹ ਹੈ ਵੀ ਮਾਂ ਮਰੇ। ਸਾਲ ਬਾਅਦ ਮਾਤਾ ਪੂਰੀ ਹੋ ਗਈ, ਸਾਧੂਆਂ ਦੀ ਸੰਗਤ ਵਿੱਚ ਚਲਾ ਗਿਆ, ਜਾ ਕੇ ਬੰਦਗੀ ਕਰਨ ਲੱਗ ਪਿਆ। ਸਾਧੂਆਂ ਨੇ ਪੁੱਛਿਆ ਦੱਸ ਕੀ ਚਾਹੀਦਾ, ਕਹਿੰਦਾ ਚਾਹੀਦਾ ਇਹ ਹੈ ਵੀ ਅਗਲਾ ਜਨਮ ਮੈਨੂੰ ਬਰਮਾ ਦੇ ਘਰ ਵਿੱਚ ਪੁੱਤਰ ਦਾ ਮਿਲੇ, ਮੈਂ ਉਹਦਾ ਪੁੱਤਰ ਬਣ ਕੇ ਪੈਦਾ ਹੋਵਾਂ। ਕਹਿਣ ਲੱਗੇ ਠੀਕ, ਅਗਲਾ ਜਨਮ ਤੈਨੂੰ ਬਰਮਾ ਦੇ ਪੁੱਤਰ ਦਾ ਹੀ ਮਿਲੇਗਾ। ਨਾਰਦ ਫਿਰ ਪੈਦਾ ਹੋਇਆ ਬਰਮਾ ਦੇ ਘਰ ਵਿੱਚ ਆ ਗਏ। ਪਾਤਸ਼ਾਹ ਕਹਿੰਦੇ ਐਸੇ ਨਾਰਦ ਮੁਨੀ ਵਰਗੇ ਵੀ ਤੈਨੂੰ ਆਖਦੇ ਨੇ ਨਾਰਾਇਣ, ਨਾਰਾਇਣ ਕਹਿ ਕੇ ਤੇਰੀ ਵਡਿਆਈ ਕਰਦੇ। ਇਸੇ ਨਾਰਦ ਨੇ ਭਗਤ ਪ੍ਰਹਿਲਾਦ ਨੂੰ ਉਪਦੇਸ਼ ਦੇ ਕੇ ਰੱਬ ਦੇ ਨਾਮ ਦੇ ਨਾਲ ਜੋੜਿਆ, ਭਗਤ ਧਰੂ ਨੂੰ ਜੋੜਿਆ। ਕਹਿੰਦੇ ਵੀ ਐਸੇ ਨੇ ਇਹ ਨਾਰਦ। ਕਹਿਣ ਲੱਗੇ ਇਹ ਵੀ ਪਰਮਾਤਮਾ ਤੇਰੀ ਵਡਿਆਈ ਨੂੰ ਬੇਅੰਤ ਬੇਅੰਤ ਕਹਿੰਦਾ ਹੈ, ਉਹ ਵੀ ਅੰਤ ਨਹੀਂ ਪਾ ਸਕਦਾ ਹੈ। ਬ੍ਰਹਮਾ ਆਦਿਕ, ਬ੍ਰਹਮਾ ਨਾਮ ਦਾ ਇੱਕ ਦੇਵਤਾ ਜਿਹੜਾ ਕਮਲ ਫੁੱਲ ਦੇ ਵਿੱਚੋਂ ਪੈਦਾ ਹੋਇਆ ਅਤੇ ਫਿਰ ਉਸਨੇ ਦੁਨੀਆ ਬਣਾਉਣ ਦਾ ਯਤਨ ਕੀਤਾ। ਕਹਿੰਦੇ ਬ੍ਰਹਮਾ ਵੀ ਤੇਰੇ ਨਾਮ ਨੂੰ ਜਪਦਾ ਪਿਆ ਹੈ, ਕਿਉਂਕਿ ਕੋਟ ਬ੍ਰਹਮੇ ਜਗ ਸਾਜਨ ਲਾਏ, ਇਹ ਆਪ ਜੀ ਨੇ ਲਾਏ ਹੋਏ ਨੇ। ਸੋ ਇਸੇ ਤਰ੍ਹਾਂ ਬ੍ਰਹਮਾ ਦੇ ਜਿਹੜੇ ਪੁੱਤਰ ਨੇ ਸਨਕ, ਸਨਾਤਨ, ਸੰਤ ਕੁਮਾਰ, ਚਾਰ ਪੁੱਤਰ ਮੰਨੇ ਨੇ, ਇਹ ਵੀ ਤੇਰੇ ਨਾਮ ਨੂੰ ਜਪਦੇ ਪਏ। ਪਰਮਾਤਮਾ ਤੇਰਾ ਨਾਮ ਹੈ ਹੀ ਬੜਾ ਬੇਅੰਤ, ਇਹ ਕਿਸੇ ਵੀ ਦੇਵਤੇ ਦੇ ਕੋਲੋਂ ਤੇਰੇ ਨਾਮ ਦਾ ਅੰਤ ਨਹੀਂ ਪਾਇਆ ਗਿਆ ਹੈ। ਸਾਰੇ ਜਪਦੇ ਪਏ ਤਵ ਗੁਣ ਸੁਆਮੀ, ਮਹਾਰਾਜ ਤੁਹਾਡੇ ਗੁਣ ਬੜੇ ਬੇਅੰਤ ਨੇ। ਇਹ ਸੁਆਮੀ ਮਾਲਕ, ਇਹ ਸਾਰੇ ਨਾਰਦ ਵਰਗੇ, ਸੁਖਦੇਵ ਵਰਗੇ, ਬ੍ਰਹਮਾ ਵਰਗੇ, ਨਾਰਦ ਮੁਨੀ ਵਰਗੇ, ਇਸੇ ਤਰ੍ਹਾਂ ਇਹ ਜਿਹੜੇ ਚਾਰ ਪੁੱਤਰ ਨੇ ਸੰਤ ਕੁਮਾਰ ਵਰਗੇ, ਸਾਰੇ ਹੀ ਤੇਰੇ ਨਾਮ ਨੂੰ ਜਪਦੇ ਪਏ, ਕਿਸੇ ਕੋਲੋਂ ਅੰਤ ਨਹੀਂ ਹੈ। ਗਣਨਾ ਜਾਤ, ਮਹਾਰਾਜ ਤੁਹਾਡੇ ਜਿਹੜੇ ਗੁਣ ਨੇ ਗਿਣੇ ਨਹੀਂ ਜਾਂਦੇ। ਸਾਰੀ ਦੁਨੀਆ ਲੱਗ ਪਵੇ ਜੇਸਾ ਮਿਲਕਾ ਆਖਣ ਪਾਹੇ, ਵੱਡਾ ਨਾ ਹੋਵੇ, ਭਾਵੇਂ ਸਾਰੀ ਦੁਨੀਆ ਦੇ ਗਣਿਤ ਪੜ੍ਹਾਉਣ ਵਾਲੇ ਅਧਿਆਪਕ ਲੱਗ ਪੈਣ ਵੀ ਰੱਬ ਦੇ ਗੁਣ ਗਾਓ ਤੇ ਅਸੀਂ ਗਿਣ ਲੈਂਦੇ ਹਾਂ, ਨਹੀਂ ਮਹਾਰਾਜ ਗੁਣ ਗਾਏ ਨਹੀਂ ਜਾਣੇ ਨਾ ਹੀ ਗਿਣੇ ਜਾਣੇ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਇਹ ਉਪਮਾ ਮਹਾਰਾਜ ਅਕਾਲ ਪੁਰਖ ਨੂੰ ਹੀ ਬਣਦੀ ਹੈ। ਗੁਣ ਗਿਣ ਕੋਈ ਨਹੀਂ ਸਕਦਾ ਦੁਨੀਆ ਦੇ ਵਿਅਕਤੀ ਆ ਕੇ, ਨਹੀਂ ਗਿਣੀ ਨਹੀਂ ਜਾਂਦੀ। ਐਸੀ ਬੇਅੰਤ ਉਪਮਾ ਦੇ ਮਾਲਕ ਹੋ ਤੂੰ, ਹਰ ਬੇਅੰਤ, ਤੂੰ ਹਰ ਬੇਅੰਤ ਅਕਾਲ ਪੁਰਖ। ਤੁਸੀਂ ਪਿੱਛੇ ਵੀ ਬੇਅੰਤ ਸੀ, ਜਿਹੜਾ ਸਮਾਂ ਲੰਘ ਗਿਆ ਨਾ ਉਦੋਂ ਵੀ ਆਪ ਬੇਅੰਤ ਸੀ, ਜਿਹੜਾ ਹੁਣ ਸਮਾਂ ਚੱਲਦਾ ਪਿਆ ਹੁਣ ਵੀ ਤੁਸੀਂ ਬੇਅੰਤ ਹੋ, ਹੁਣ ਵੀ ਤੁਹਾਡਾ ਕੋਈ ਅੰਤ ਨਹੀਂ ਹੈ। ਤੂੰ ਹਰ ਸੁਆਮੀ, ਐ ਸੁਆਮੀ ਮਾਲਕ, ਜਿਹੜਾ ਸਮਾਂ ਹੁਣ ਅੱਗੇ ਆਵੇਗਾ ਨਾ ਉਦੋਂ ਵੀ ਤੁਸੀਂ ਬੇਅੰਤੀ ਹੋਵੋਗੇ, ਉਦੋਂ ਵੀ ਤੁਹਾਡਾ ਕੋਈ ਅੰਤ ਨਹੀਂ ਪਾ ਸਕੇਗਾ ਦੁਨੀਆ ਵਿੱਚ। ਐਸੀ ਆਪ ਦੀ ਵੱਡੀ ਮਹਿਮਾ ਹੈ। ਤੂੰ ਆਪੇ ਹੀ ਜਾਣੈ ਆਪਣੀ ਭਾਂਤ, ਸਤਿਗੁਰੂ ਤੁਸੀਂ ਆਪਣੀ ਭਾਂਤ ਕਹੀਏ, ਮਰਿਆਦਾ ਨੂੰ ਆਪ ਹੀ ਜਾਣਦੇ। ਜੇ ਤੁਹਾਡੀ ਮਰਿਆਦਾ ਨੂੰ ਕੋਈ ਦੂਜਾ ਸਮਝ ਹੀ ਨਹੀਂ ਸਕਦਾ, ਤੁਹਾਡੇ ਬਚਨਾਂ ਨੂੰ ਗੁੱਝੀ ਰਮਜ ਨੂੰ ਕੋਈ ਜਾਣ ਨਹੀਂ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਪੁੱਛਿਆ ਨਦੀ ਰਾਤ ਦੇ ਸਮੇਂ, ਕਹਿੰਦੇ ਜਾਓ ਸਿੱਖੋ ਵੇਖ ਕੇ ਆਓ ਰਾਤ ਕਿੰਨੀ ਬਤੀਤ ਹੋ ਗਈ ਹੈ।
ਸਾਖੀ ਬੜੀ ਲੰਮੀ ਹੈ ਗੁਰੂ ਕੇ ਪਿਆਰਿਓ, ਵਾਰੀ ਵਾਰੀ ਸਿੱਖ ਗਏ ਰਾਤ ਵੇਖ ਕੇ ਆ ਜਾਂਦੇ, ਕਹਿੰਦੇ ਜੀ ਅੱਧੀ ਰਾਤ ਬਤੀਤ ਹੋ ਗਈ ਤਾਰਿਆਂ ਦਾ, ਉਸ ਵੇਲੇ ਲਾ ਕੇ ਨਾ ਅਨੁਮਾਨ ਵੀ ਇੱਥੇ ਕੋਈ ਤਾਰੇ ਪਹੁੰਚ ਗਏ ਨੇ, ਅੱਧੀ ਰਾਤ ਹੋ ਗਈ। ਵਾਰੀ ਵਾਰੀ ਸਾਰਿਆਂ ਨੂੰ ਭੇਜਿਆ, ਸਾਰਿਆਂ ਦਾ ਜਵਾਬ ਇੱਕੋ ਹੀ ਹੈ ਵੀ ਅੱਧੀ ਰਾਤ ਬਤੀਤ ਹੋ ਗਈ ਹੈ। ਮਹਾਰਾਜ ਕਹਿੰਦੇ ਨਹੀਂ ਠੀਕ ਨਹੀਂ ਵੇਖਿਆ ਤੁਸੀਂ। ਤੇ ਭਾਈ ਸਾਹਿਬ ਭਾਈ ਲਹਿਣਾ ਸਾਹਿਬ ਜੀ ਨੂੰ ਭੇਜਿਆ, ਕਹਿੰਦੇ ਜਾ ਭਾਈ ਪੁਰਖਾ ਤੁਸੀਂ ਵੇਖੋ। ਭਾਈ ਲਹਿਣਾ ਸਾਹਿਬ ਜੀ ਨੇ ਵੇਖਿਆ ਵੀ ਰਾਤ ਤੇ ਵਾਕਿਆ ਹੀ ਅੱਧੀ ਬਤੀਤ ਹੋਈ ਹੈ, ਪਹਿਲੇ ਸਿੱਖਾਂ ਨੇ ਠੀਕ ਆਖਿਆ, ਪਰ ਮਹਾਰਾਜ ਕਹਿੰਦੇ ਵੀ ਇਹ ਬਚਨ ਠੀਕ ਨਹੀਂ ਆਖਿਆ ਤੇ ਇਹਦੇ ਵਿੱਚ ਕੋਈ ਗੁਜਾਰ ਬਚਨ ਹੈ। ਤੇ ਉਸ ਵੇਲੇ ਚੰਗੀ ਤਰ੍ਹਾਂ ਵਿਚਾਰ ਕੇ ਫਿਰ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਲਹਿਣਾ ਜੀ ਰਾਤ ਵੇਖ ਕੇ ਆਇਓ ਕਿੰਨੀ ਕੁ ਬਤੀਤ ਹੋਈ ਹੈ। ਤੇ ਭਾਈ ਲਹਿਣਾ ਸਾਹਿਬ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮਾਲਕ, ਜਿੰਨੀ ਤੁਸੀਂ ਬਤੀਤ ਕੀਤੀ ਆਪਣੇ ਹੁਕਮ ਦੇ ਵਿੱਚ ਉਨੀ ਬਤੀਤ ਹੋ ਗਈ ਹੈ, ਜਿੰਨੀ ਤੁਸੀਂ ਆਪਣੇ ਹੁਕਮ ਦੇ ਵਿੱਚ ਰੱਖੀ ਹੈ ਉਨੀ ਅਜੇ ਬਾਕੀ ਹੈ। ਇਹ ਰਾਤ ਤੇ ਦਿਨ ਵੀ ਤੇ ਤੁਹਾਡੇ ਹੁਕਮ ਦੇ ਵਿੱਚ ਹੀ ਨੇ ਨਾ, ਜਿੰਨੀ ਤੁਸੀਂ ਰੱਖੀ ਹੈ ਉਨੀ ਰਹਿ ਗਈ। ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਵੀ ਤੁਸੀਂ ਹੋ ਬੇਅੰਤ, ਤੁਸੀਂ ਹੋ ਬੇਅੰਤ। ਪਰ ਮਹਾਰਾਜ ਇਸ ਗੱਲ ਨੂੰ ਸਾਰੇ ਥੋੜ੍ਹੀ ਜਾਣਦੇ, ਸਾਰਿਆਂ ਨੂੰ ਹੀ ਪਤਾ ਲੱਗਦਾ ਵੀ ਆਪ ਜੀ ਕੀ ਕਰਦੇ। ਆਪਣੀ ਜਾਨੋ ਗਾਤ, ਆਪਣੀ ਜਿਹੜੀ ਭਾਂਤ ਮਰਿਆਦਾ ਤੁਸੀਂ ਆਪ ਹੀ ਜਾਣਦੇ, ਤੁਹਾਡੀ ਮਰਿਆਦਾ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਮਿਤ ਨਾਮ ਮਰਿਆਦਾ ਦਾ ਹੀ ਹੁੰਦਾ ਹੈ, ਤੁਮਰੀ ਮਿਤ ਜਿਹੜੀ ਮਰਿਆਦਾ ਮਹਾਰਾਜ ਤੁਸੀਂ ਆਪ ਹੀ ਜਾਣਦੇ ਜੇ, ਜਾਂ ਫਿਰ ਭਾਈ ਲਹਿਣਾ ਸਾਹਿਬ ਜਾਣਦੇ ਨੇ ਵੀ ਤੁਸੀਂ ਗੁਜਾ ਬਚਨ ਕੀ ਕਹਿਣਾ ਚਾਹੁੰਦੇ। ਤੇ ਭਾਈ ਲਹਿਣਾ ਸਾਹਿਬ ਵੀ ਤੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਹੀ ਨੇ ਨਾ, ਤੁਸੀਂ ਆਪ ਹੀ ਮਹਾਰਾਜ ਜਾਣਨ ਵਾਲੇ, ਤੁਹਾਡੇ ਬਿਨਾਂ ਕੋਈ ਜਾਣ ਨਹੀਂ ਸਕਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ, ਤੂੰ ਆਪੇ ਹੀ ਜਾਣੇ ਆਪਣੀ ਭਾਂਤ, ਹਰ ਬੇਅੰਤ ਤੂੰ ਹਰ ਬੇਅੰਤ ਪਰਮਾਤਮਾ, ਤੂੰ ਮਨ ਕਰਕੇ ਬੇਅੰਤ ਹੈ, ਮਨ ਕਰਕੇ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਤਨ ਕਰਕੇ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਹੈ। ਤੂੰ ਹਰ ਸਵਾਮੀ ਹੈ ਸਵਾਮੀ ਮਾਲਕ, ਬਾਣੀ ਕਰਕੇ ਵੀ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਤੁਸੀਂ ਸਾਰੀ ਉਮਰ ਬੋਲਦੇ ਰਹੋ, ਜਪਦੇ ਰਹੋ, ਕਹਿੰਦੇ ਰਹੋ, ਪਰ ਫਿਰ ਵੀ ਉਸਦਾ ਅੰਤ ਨਹੀਂ ਹੈ। ਤੂੰ ਆਪੇ ਹੀ ਜਾਣੇ ਆਪਣੀ ਭਾਂਤ, ਆਪਣੀ ਭਾਂਤ ਮਰਿਆਦਾ ਤੁਸੀਂ ਆਪ ਹੀ ਜਾਣਦੇ ਹੋ। ਕਹਿਣ ਲੱਗੇ ਕਿ ਸ਼ੇਸ਼ਨਾਗ ਨਾਮ ਦਾ ਸੱਪ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਸਹਿਸ ਪਣੀ ਸੇਖ ਅੰਤ ਨਾ ਜਾਣਿਆ। ਇਹ ਗੁਰਬਾਣੀ ਦਾ ਬਚਨ ਹੈ ਵੀ ਹਜ਼ਾਰ ਫੰਨਾਂ ਨੇ, ਦੋ ਜਵਾਨ ਇੱਕ ਮੂੰਹ ਦੇ ਵਿੱਚ ਰੱਖਦਾ, 2000 ਉਹਦੀਆਂ ਜਵਾਨਾਂ, ਇੱਕ ਨਾਮ ਰੋਜ਼ ਨਵਾਂ ਹੀ ਜਪਦਾ ਆਪਣੇ ਮੁਖੋਂ, ਤੇ ਉਹ ਵੀ ਤੇਰੇ ਅੰਤ ਨੂੰ ਪਾ ਨਹੀਂ ਸਕਿਆ। ਵੀ ਤੁਸੀਂ ਐਸੇ ਵੱਡੇ ਬੇਅੰਤ ਹੋ ਮਹਾਰਾਜ, ਆਪਣੀ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ। ਹਰ ਕੇ ਨਿਕਟ ਨਿਕਟ ਹਰ ਨਿਕਟ ਹੀ ਵਸਦੇ, ਜੋ ਪਰਮਾਤਮਾ ਹੈ ਅਕਾਲ ਪੁਰਖ, ਮਨ ਕਰਕੇ ਜੋ ਤੇਰੇ ਨਿਕਟ ਵਸਦੇ ਹੈ ਹਰੀ ਅਕਾਲ ਪੁਰਖ, ਕੁਝ ਉਹ ਨੇ ਗੁਰੂ ਕੇ ਪਿਆਰੇ ਜਿਹੜੇ ਮਨ ਕਰਕੇ ਤੇਰੇ ਨਾਲ ਹੀ ਰਹਿੰਦੇ ਹਰ ਵੇਲੇ, ਉਹਨਾਂ ਦਾ ਮਨ ਤੇਰੇ ਨਾਲ ਹੀ ਜੁੜਿਆ ਰਹਿੰਦਾ। ਗੁਰਮੁਖੋ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਨਾ ਵੀ ਮੈਂ ਬਾਣੀ ਪੜ੍ਹਦਾ ਤੇ ਮੇਰਾ ਮਨ ਨਹੀਂ ਟਿਕਦਾ, ਮਨ ਦੌੜ ਜਾਂਦਾ। ਕੁਝ ਐਸੀਆਂ ਵੀ ਰੂਹਾਂ ਦੁਨੀਆਂ ਤੇ ਹਨ, ਉਹ ਭਾਵੇਂ ਸੰਸਾਰ ਦੇ ਲੋਕਾਂ ਨਾਲ ਗੱਲਾਂ ਕਰਦੀਆਂ ਹੋਣ, ਪਰ ਮਨ ਉਹਨਾਂ ਦਾ ਗੁਰੂ ਨਾਲ ਹੀ ਜੁੜਿਆ ਰਹਿੰਦਾ। ਐਸੀ ਅਵਸਥਾ ਵਾਲੇ ਨੇ, ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਦਿਆਂ ਸਾਡਾ ਮਨ ਨਹੀਂ ਜੁੜਦਾ। ਕੁਝ ਐਸੇ ਨੇ ਉਹ ਗੱਲਾਂ ਕਰਦੇ ਤੇ ਮਨ ਉਹਨਾਂ ਦਾ ਗੁਰੂ ਨਾਲ ਹੀ ਜੁੜਿਆ ਰਹਿੰਦਾ, ਮਨ ਕਦੇ ਟੁੱਟਦਾ ਹੀ ਨਹੀਂ, ਕਦੇ ਦੂਰ ਹੁੰਦਾ ਹੀ ਨਹੀਂ।
ਮਹਾਰਾਜ ਐਸੇ ਨੇ ਤੇਰੇ ਪਿਆਰੇ ਜੋ ਮਨ ਕਰਕੇ ਤੇਰੇ ਕੋਲ ਵਸਦੇ ਨੇ, ਜਿਹੜੇ ਬਾਣੀ ਕਰਕੇ ਤੇਰੇ ਕੋਲ ਵਸਦੇ ਨੇ, ਬਾਣੀ ਕਰਕੇ ਤੇਰੇ ਨਾਮ ਨੂੰ ਹਰ ਵੇਲੇ ਜਪਦੇ ਰਹਿਣਾ, ਤੇ ਫਿਰ ਉਹ ਤੇਰੇ ਕੋਲ ਹੀ ਵਸਦੇ ਨੇ ਨਾ। ਮਹਾਰਾਜ ਕਹਿਣ ਲੱਗੇ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਹੁਣ ਜਿਹਦੀ ਜ਼ਬਾਨ ਵਿੱਚੋਂ ਹਰ ਵੇਲੇ ਵਾਹਿਗੁਰੂ ਮੰਤਰ ਦਾ ਚਿੰਤਨ ਹੈ, ਤੇ ਪਰਮਾਤਮਾ ਫਿਰ ਉਹਦੀ ਜ਼ਬਾਨ ਤੇ ਵਸਦਾ ਪਿਆ, ਤੇ ਨੇੜੇ ਹੀ ਹੋ ਗਿਆ ਨਾ ਫਿਰ ਉਹਦੇ ਪਾਤਸ਼ਾਹ। ਤਨ ਕਰਕੇ ਮਨ ਕਰਕੇ ਗੁਰਮੁਖ ਜਿਹੜੇ ਤੁਹਾਨੂੰ ਜਪਦੇ ਨੇ ਤੁਸੀਂ ਉਹਨਾਂ ਦੇ ਨੇੜੇ ਵਸਦੇ, ਜਿਹੜੇ ਬਾਣੀ ਕਰਕੇ ਜਪਦੇ ਉਹਨਾਂ ਦੇ ਵੀ ਤੁਸੀਂ ਨੇੜੇ ਵਸਦੇ ਪਏ ਹੋ। ਤੇ ਹਰ ਕੇ ਜਨ ਸਾਧੂ ਹਰ ਭਗਤ, ਉਹ ਰੱਬ ਦੇ ਸਾਧੂ ਨੇ ਤੇ ਰੱਬ ਦੇ ਭਗਤ ਉਹਨਾਂ ਨੂੰ ਕਿਹਾ ਜਾਂਦਾ, ਤਾਂ ਹੀ ਆਖਿਆ ਜਾਂਦਾ ਨਾ ਭਗਤ ਪ੍ਰਹਿਲਾਦ। ਪ੍ਰਹਿਲਾਦ ਨੂੰ ਭਗਤ ਕਿਉਂ ਕਿਹਾ ਜਾਂਦਾ? ਪ੍ਰਹਿਲਾਦ ਨੂੰ ਭਗਤ ਤਾਂ ਕਿਹਾ ਜਾਂਦਾ, ਉਹਨੇ ਜਾਣ ਲਿਆ ਵੀ ਰੱਬ ਮੇਰੇ ਬਿਲਕੁਲ ਨੇੜੇ ਵਸਦਾ। ਹਰਨਾਕਸ਼ ਕਹਿੰਦਾ ਵੀ ਦੱਸ ਤੇਰਾ ਰੱਖਣ ਵਾਲਾ ਕਿੱਥੇ ਹੈ, ਤੇ ਉਹ ਕਹਿੰਦਾ ਵੀ ਕਿਹੜੀ ਜਗ੍ਹਾ ਦੱਸਾਂ, ਤੂੰ ਇਹ ਦੱਸ ਵੀ ਕਿਹੜੀ ਜਗ੍ਹਾ ਤੇ ਉਹ ਹੈ ਨਹੀਂ, ਉਹ ਤੇ ਸਾਰੇ ਥਾਵਾਂ ਤੇ ਜਿਹੜੇ ਥੰਮ ਦੇ ਨਾਲ ਵੱਧਾ ਹੋਇਆ। ਪੁੱਛਿਆ ਵੀ ਇਹਦੇ ਵਿੱਚ ਹੈ, ਕਹਿੰਦਾ ਜੀ ਜਰੇ ਜਰੇ ਵਿੱਚ ਕਣ ਕਣ ਵਿੱਚ ਹੈ। ਉੱਥੇ ਫਿਰ ਵਚਨ ਆਉਂਦਾ ਵੀ ਵੱਡੀ ਤਲਵਾਰ ਆਪਣੇ ਹੱਥ ਵਿੱਚ ਰਣਾਕਸ਼ ਨੇ ਫੜੀ ਹੋਈ ਹੈ, ਤੇ ਮਿਆਨ ਵਿੱਚੋਂ ਬਾਹਰ ਕੱਢੀ ਤੇ ਤਲਵਾਰ ਦੀ ਮੁੱਠ ਆਪਣੇ ਹੱਥਾਂ ਵਿੱਚ ਫੜ ਕੇ ਉਹੀ ਤਲਵਾਰ ਦਾ ਮੁੱਠਾ ਮਾਰਿਆ ਥੰਮੇ ਦੇ ਨਾਲ ਵੀ ਦੱਸ ਤੇਰਾ ਰੱਖਣ ਵਾਲਾ ਕਿੱਥੇ। ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ, ਗੁਰਬਾਣੀ ਦਾ ਵਚਨ ਹੈ ਵੀ ਰੱਬ ਉਸੇ ਥੰਮ ਵਿੱਚੋਂ ਹੀ ਪ੍ਰਗਟ ਹੋਇਆ। ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ, ਹਰਨਾਕਸ ਨੂੰ ਸੁਧਾ ਲਾਇਆ, ਮੌਤ ਦੇ ਘਾਟ ਉਤਾਰਿਆ, ਭਗਤ ਦੀ ਰੱਖਿਆ। ਭਗਤ ਤਾਂ ਕਿਹਾ ਜਾਂਦਾ ਹੈ ਕਿਉਂਕਿ ਭਗਤ ਤੋਂ ਭਾਵ ਹੁੰਦਾ ਹੈ ਜਿਨ੍ਹਾਂ ਨੇ ਤੈਨੂੰ ਨੇੜੇ ਕਰਕੇ ਜਾਣਿਆ। ਤੂੰ ਮਨ ਕਰਕੇ ਵੀ ਨੇੜੇ ਹੈ, ਬਾਣੀ ਕਰਕੇ ਵੀ ਨੇੜੇ ਹੈ, ਸਰੀਰ ਕਰਕੇ ਵੀ ਨੇੜੇ ਹੈ। ਜਿਹੜੇ ਤੈਨੂੰ ਇਸ ਤਰ੍ਹਾਂ ਜਾਣਦੇ ਨੇ ਉਹ ਤੇਰੇ ਭਗਤ ਨੇ। ਮਹਾਰਾਜ ਫਿਰ ਫਰਮਾਉਂਦੇ ਹਨ, ਤੇ ਹਰ ਕੇ ਜਨ ਸਾਧੂ ਹਰ ਭਗਾਤ, ਪਾਤਸ਼ਾਹ ਕਹਿਣ ਲੱਗੇ ਹਰ ਕੇ ਨਿਕਟ ਨਿਕਟ ਹਰ ਨਿਕਟ ਹੀ ਵਸਤੇ। ਅਕਾਲ ਪੁਰਖ ਜੀ, ਜੋ ਹਰੀ ਨਿਕਟ ਤੋਂ ਨਿਕਟ ਹੈ, ਨੇੜੇ ਤੋਂ ਨੇੜੇ ਹੈ, ਉਹਦੇ ਜਿੰਨਾ ਨੇੜੇ ਕੋਈ ਨਹੀਂ ਹੈ। ਐਸੇ ਜਿਹੜੇ ਨੇ ਉਸ ਹਰੀ ਦੇ ਨਿਕਟ, ਜਿਹੜੇ ਗੁਰਮੁਖ ਜਨ ਰਹਿੰਦੇ, ਰੱਬ ਹੈ ਨਾ ਨੇੜੇ ਤੋਂ ਨੇੜੇ, ਪਰ ਜਿਹੜੇ ਗੁਰਮੁਖ ਉਹਦੇ ਨੇੜੇ ਰਹਿੰਦੇ ਉਹਨੂੰ ਹਰ ਵੇਲੇ ਹਾਜ਼ਰ ਨਾਜ਼ਰ ਜਾਣਦੇ ਹਨ। ਕੇ ਜਨ ਸਾਧੂ ਹਰ ਭਗਾਤ, ਉਹ ਰੱਬ ਦੇ ਜਿਹੜੇ ਸਾਧੂ ਨੇ ਉਹਨਾਂ ਨੂੰ ਭਗਾਤ ਭਗਤ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਇਹ ਜਾਣ ਲਿਆ ਨਾਲ ਨਾਰਾਇਣ ਮੇਰਾ, ਜਿਨ੍ਹਾਂ ਨੇ ਇਹ ਜਾਣ ਲਿਆ ਵੀ ਰੱਬ ਮੇਰੇ ਹਰ ਵੇਲੇ ਨਾਲ ਹੈ, ਉਹ ਗੁਰਮੁਖ ਰੱਬ ਦੇ ਭਗਤ ਕਹਿ ਜਾਂਦੇ ਹਨ। ਤੇ ਹਰ ਕੇ ਜਨ ਹਰ ਸਿਓ ਰਲ ਮਿਲੇ, ਰੱਬ ਦੇ ਜਿਹੜੇ ਜਨ ਭਗਤ ਨੇ ਉਹ ਰੱਬ ਨਾਲ ਕਿਸ ਤਰ੍ਹਾਂ ਮਿਲ ਜਾਂਦੇ? ਗੁਰਬਾਣੀ ਦਾ ਬਚਨ ਆਉਂਦਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜਿਵੇਂ ਸੂਰਜ ਦੀਆਂ ਕਿਰਨਾਂ ਇੱਕ ਦੂਜੇ ਨਾਲ ਮਿਲ ਜਾਣ ਤੇ ਵੱਖਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਪਾਣੀ ਨਾਲ ਪਾਣੀ ਮਿਲ ਜਾਵੇ ਤੇ ਵੱਖਰਾ ਨਹੀਂ ਕੀਤਾ, ਪਾਣੀ ਵਿੱਚ ਲੂਣ ਘੋਲ ਦਿਓ ਤੇ ਇਹੋ ਜਿਹੇ ਯੰਤਰ ਆ ਗਏ ਨੇ ਪਾਣੀ ਵਿੱਚ ਲੂਣ ਵੱਖਰਾ ਕਰ ਦੇਣਗੇ, ਮਿੱਠਾ ਘੋਲ ਦਿਓ ਵੱਖਰਾ ਹੋ ਜਾਏਗਾ। ਪਰ ਦੁਨੀਆਂ 'ਤੇ ਇਹੋ ਜਿਹਾ ਯੰਤਰ ਕੋਈ ਨਹੀਂ ਬਣਿਆ ਵੀ ਪਾਣੀ ਨਾਲ ਪਾਣੀ ਮਿਲਾ ਕੇ ਆਖੇ ਵੀ ਹੁਣ ਬਾਹਰ ਕੱਢ ਕੇ ਵਿਖਾ, ਉਹੀ ਪਾਣੀ ਬਾਹਰ ਨਹੀਂ ਆਵੇਗਾ। ਘੜੇ ਦਾ ਪਾਣੀ ਸਮੁੰਦਰ ਵਿੱਚ ਮਿਲ ਗਿਆ ਤੇ ਕੋਈ ਦੁਨੀਆਂ ਦੀ ਤਾਕਤ ਉਹਨੂੰ ਵੱਖਰਾ ਨਹੀਂ ਜੇ ਕਰ ਸਕਦੀ। ਕਹਿੰਦੇ ਜਿਵੇਂ ਪਾਣੀ ਨਾਲ ਪਾਣੀ ਮਿਲ ਗਿਆ, ਕਿਰਨਾਂ ਨਾਲ ਕਿਰਨਾਂ ਮਿਲ ਗਈਆਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ,
ਰੱਬ ਦੇ ਪਿਆਰੇ ਰੱਬ ਦੇ ਵਿੱਚ ਇਸ ਤਰ੍ਹਾਂ ਇੱਕਮਿਕ ਹੋ ਗਿਆ, ਉਹਨਾਂ ਨੂੰ ਵੱਖਰਾ ਕੀਤਾ ਨਹੀਂ ਜਾ ਸਕਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ। ਇਹ ਉਦਾਹਰਣਾਂ ਦਿੱਤੀਆਂ ਸਮਝਣ ਵਾਸਤੇ। ਪਾਤਸ਼ਾਹ ਕਹਿਣ ਲੱਗੇ, ਤੇ ਹਰ ਕੇ ਜਨ ਹਰ ਸਿਉਂ ਰਲ ਮਿਲੇ। ਰੱਬ ਦੇ ਪਿਆਰੇ ਰੱਬ ਦੇ ਨਾਲ ਇਸ ਤਰ੍ਹਾਂ ਰਲ ਮਿਲ ਗਏ, ਇੱਕ ਰੂਪ ਹੋ ਗਏ ਹਨ। ਜੈਸੇ ਜਨ ਨਾਨਕ ਸੱਲੈ ਸੱਲ ਮਿਲਾਤ। ਉਹ ਸੱਲੈ ਨਾਮ ਪਾਣੀ ਦਾ ਹੈ, ਕਹਿੰਦੇ ਜਿਵੇਂ ਪਾਣੀ ਤੇ ਪਾਣੀ ਮਿਲ ਜਾਂਦਾ ਹੈ, ਵੱਖਰਾ ਨਹੀਂ ਹੁੰਦਾ। ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਮਿਲ ਗਿਆ, ਵੱਖਰਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਰੱਬ ਦੇ ਨਾਲ ਮਿਲ ਗਏ, ਉਹ ਪਰਮਾਤਮਾ ਤੋਂ ਫਿਰ ਵੱਖਰੇ ਨਹੀਂ ਕੀਤੇ ਜਾ ਸਕਦੇ, ਕਿਉਂਕਿ ਉਸੇ ਦਾ ਹੀ ਉਹ ਗੁਰਮੁਖ ਰੂਪ ਹੋ ਜਾਂਦੇ ਹਨ। ਸਾਰੰਗ ਮਹਲਾ ਚੌਥਾ। ਰਾਮਦਾਸ ਮਹਾਰਾਜ ਜੀ ਇੱਕ ਸ਼ਬਦ ਆਪਾਂ ਨੂੰ ਹੋਰ ਬਖਸ਼ਦੇ ਹਨ। ਜਪ ਮਨ ਨਰ ਹਰੇ ਨਰ ਹਰ ਸੁਆਮੀ। ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਮੇਰਿਆ ਬਣਾ ਤੂੰ ਨਾਮ ਜਪਣਾ ਕਰ। ਸਾਡਾ ਮਨ ਅੱਗੋਂ ਸਵਾਲ ਕਰਦਾ ਵੀ ਨਾਮ ਕਿਹਦਾ ਜਪੀਏ, ਕਿਉਂਕਿ ਨਾਮ ਬੜੇ ਨੇ ਨਾ ਦੁਨੀਆਂ ਦੇ ਵਿੱਚ। ਗ੍ਰੰਥਕਾਰਾਂ ਨੇ 36 ਲੱਖ ਮੰਤਰ ਲਿਖਿਆ ਹੈ ਗ੍ਰੰਥਾਂ ਦੇ ਵਿੱਚ। 36 ਲੱਖ ਵਿੱਚੋਂ ਮੰਤਰ ਲੱਭਣਾ ਰੱਬ ਨੂੰ ਮਿਲਣ ਵਾਲਾ ਔਖੀ ਗੱਲ ਹੀ ਹੈ। ਬਹੁਤੇ ਗੰਨਿਆਂ ਵਿੱਚੋਂ ਚੰਗਾ ਗੰਨਾ ਲੱਭਣਾ ਬੜਾ ਔਖਾ ਹੈ। ਇੰਨੇ ਮੰਤਰਾਂ ਵਿੱਚੋਂ ਰੱਬ ਦਾ ਮੰਤਰ ਲੱਭਣਾ ਬੜਾ, ਭਾਵੇਂ ਕਿ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਆਖਿਆ ਵੀ ਮੂਲ ਮੰਤਰ ਵਰਗਾ ਕੋਈ ਮੰਤਰ ਨਹੀਂ ਹੈ। ਸਾਰੇ ਮੰਤਰਾਂ ਤੋਂ ਸ਼੍ਰੋਮਣੀ ਮੰਤਰ ਮੂਲ ਮੰਤਰ ਹੈ। ਦੁਨੀਆਂ ਦੇ ਸਾਰੇ ਮੰਤਰਾਂ ਦੇ ਉੱਪਰ ਮੂਲ ਮੰਤਰ ਚੱਲੇਗਾ, ਪਰ ਦੁਨੀਆਂ ਦਾ ਕੋਈ ਵੀ ਮੰਤਰ ਮੂਲ ਮੰਤਰ ਦੇ ਉੱਪਰ ਚੱਲ ਨਹੀਂ ਸਕਦਾ। ਏਡੀ ਵੱਡੀ ਤਾਕਤ ਹੈ ਮੂਲ ਮੰਤਰ ਦੇ ਵਿੱਚ। ਇਹ ਵੱਖਰੀ ਗੱਲ ਹੈ ਵੀ ਆਪਾਂ ਜਪਦੇ ਨਹੀਂ, ਸਾਡੇ ਵਾਸਤੇ ਐਵੇਂ ਸੌਖਾ ਜੂ ਮਿਲ ਗਿਆ ਨਾ ਸਾਨੂੰ। ਪਹਿਲੇ ਸਮਾਂ ਵਿੱਚ ਲੋਕ ਸਾਧੂ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਨ ਨਾ, ਜੇ ਕੋਈ ਨਾਮ ਲੈਣ ਜਾਵੇ ਤੇ ਕਹਿੰਦੇ ਪਹਿਲਾਂ ਮੇਰੀ ਸੇਵਾ ਕਰ 12-15 ਸਾਲ, ਜੇ ਤੂੰ ਚੰਗੀ ਸੇਵਾ ਕਰੇਗਾ ਫਿਰ ਤੈਨੂੰ ਦੇਵਾਂਗੇ ਨਾਮ। ਕਿਵੇਂ ਜਪਣਾ ਤੇ ਭਗਤ ਫਰੀਦ ਦੀ ਸਾਖੀ ਨਹੀਂ ਪੜ੍ਹਦੇ ਆ। 12 ਸਾਲ ਆਪਣੇ ਗੁਰੂ ਦੀ ਸੇਵਾ ਕਰਦੇ ਰਹੇ, 12 ਸਾਲ ਸੇਵਾ ਕਰਨ ਤੋਂ ਬਾਅਦ ਵਿੱਚ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜਿਆ ਕੰਬਲੀ ਰਾਹਾਂ ਤਾਂ ਟੁੱਟੈ ਨੇਹੋ, ਭਿੱਜੋ ਸਿੱਜੋ ਕੰਬਲੀ ਅੱਲੈ ਵਰਸੈ ਬੇਹੋ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੈ ਨਾਹੀ ਨੇਹੋ। ਇਹ ਬਚਨੇ ਹੈ। 12 ਸਾਲ ਸੇਵਾ ਕਰਕੇ ਫਿਰ ਗੁਰੂ ਨੂੰ ਪ੍ਰਸੰਨ ਕੀਤਾ ਤੇ ਦਾਤ ਪ੍ਰਾਪਤ ਕੀਤੀ। ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਨੇ ਸਾਡਾ ਉਹ 12 ਸਾਲ ਦਾ ਸਮਾਂ ਬਚਾ ਦਿੱਤਾ ਵੀ ਸਾਨੂੰ ਉਹ 12 ਸਾਲ ਲਾਉਣ ਦੀ ਲੋੜ ਨਹੀਂ। ਤੁਸੀਂ ਅੱਜ ਹੀ ਜਾ ਕੇ 5 ਪਿਆਰਿਆਂ ਨੂੰ ਕਹਿ ਦਿਓ ਵੀ ਸਾਨੂੰ ਅਮਰ ਦੀ ਦਾਤ ਦਿਓ, ਸਾਨੂੰ ਨਾਮ ਦੀ ਦਾਤ ਦਿਓ, ਹੁਣੇ ਚੜ੍ਹੋਗੇ ਗੱਡੀ 'ਤੇ ਤੇ 2 ਘੰਟਿਆਂ ਵਿੱਚ ਹੀ ਤੁਹਾਡਾ ਕਾਰਜ ਸਫਲਾ ਹੋ ਜਾਣਾ। ਕਿੱਥੇ ਲੋਕਾਂ ਨੂੰ 12 ਸਾਲ ਲੱਗਦੇ ਨੇ, ਕਿੱਥੇ ਗੁਰੂ ਨੇ ਉਹ 12 ਸਾਲ 2-4 ਘੰਟਿਆਂ ਵਿੱਚ ਹੀ ਤੁਹਾਨੂੰ ਅੰਮ੍ਰਿਤ ਵੀ ਦਿੱਤਾ ਔਰ ਉਸੇ ਵਿੱਚ ਨਾਮ ਵੀ ਦੇ ਦਿੱਤਾ। ਕਿੰਨੀ ਵੱਡੀ ਦਾਤ ਹੈ! ਐਵੇਂ ਤੇ ਨਹੀਂ ਕਿਹਾ ਜਾਂਦਾ ਸਭ ਤੋਂ ਵੱਡਾ ਜਿਨ ਕੱਲ ਰਾਖੀ, ਐਸੇ ਗੁਰ ਕੋ ਬਲ ਬਲ ਜਾਈਐ, 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 ਐਸੇ ਗੁਰ ਕੋ ਬਲ
ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੈ, 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 ਆਪ ਮੁਕਤ ਮੋਹਿ ਤਾਰੈ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਮੇਰਿਆ ਮਨਾ ਪਰਮੇਸ਼ਰ ਦੇ ਨਾਮ ਨੂੰ ਜਪ, ਜਿਸ ਨਾਮ ਨੂੰ ਲੱਭਣ ਵਾਸਤੇ 12-15 ਸਾਲ ਘਰ ਛੱਡਣਾ ਪਵੇ। ਸਤਿਗੁਰਾਂ ਨੇ ਸੁਖੈਣ ਹੀ ਦੇ ਦਿੱਤਾ, ਐਸਾ ਮੰਤਰ ਬਖਸ਼ਿਆ, ਪਰ ਜਪਦੇ ਆਪਾਂ ਫਿਰ ਨਹੀਂ, ਇਹ ਸਾਡਾ ਮਾੜਾ ਭਾਗ ਹੀ ਹੋ ਸਕਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਪ ਮਨ ਮੇਰਿਆ ਮਨਾ ਜਪ, ਕਿਹਨੂੰ ਜਪ? ਨਰ ਹਰੇ, ਜੋ ਨਰ ਹਰੇ ਨਾ ਉਹਨੂੰ ਜਪ। ਕੋਈ ਸਿੱਖ ਬੈਠਾ, ਉਹਨੇ ਸਵਾਲ ਕੀਤਾ, ਕਹਿੰਦਾ ਮਹਾਰਾਜ ਨਰ ਹਰ ਤੇ ਹਰਨਾਕਸ਼ ਨੂੰ, ਨਰ ਸਿੰਘ ਨੂੰ ਕਿਹਾ ਜਾਂਦਾ ਨਰ ਹਰ, ਕੀ ਉਹ ਜਿਹੜਾ ਸਰੂਪ ਧਾਰਨ ਕੀਤਾ ਹੈ ਨਰਸਿੰਘ ਦਾ, ਫਿਰ ਉਹਦੇ ਨਾਮ ਨੂੰ ਜਪੀਏ? ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਬਚਨ ਆਖਿਆ ਨਰਸਿੰਘ ਅਵਤਾਰ ਨੂੰ ਨਹੀਂ, ਨਰ ਹਰ ਜਿਹੜਾ ਸਾਰਿਆਂ ਨਰਾਂ ਨੂੰ ਹਰੇ ਭਰੇ ਕਰਦਾ ਹੈ, ਸਾਰਿਆਂ ਨੂੰ ਜੀਵਨ ਦਿੰਦਾ ਪਿਆ, ਉਹਦੇ ਨਾਮ ਨੂੰ ਜਪਣ ਵਾਸਤੇ ਅਸੀਂ ਆਖਦੇ ਹਾਂ ਨਰ ਹਰ ਸਵਾਮੀ। ਉਹ ਜੋ ਸਵਾਮੀ ਮਾਲਕ ਹੈ ਨਾ ਸਾਰਿਆਂ ਨੂੰ, ਨਰ ਹਰ ਹਰੇ ਭਰੇ ਕਰਨ ਵਾਲਾ, ਸਾਰਿਆਂ ਨੂੰ ਦਾਤਾਂ ਦੇ ਰਿਹਾ, ਉਹਦੇ ਨਾਮ ਨੂੰ ਜਪਣ ਦੀ ਗੱਲ ਆਖਦੇ ਹਾਂ। ਹਰ ਸਗਲ ਦੇਵ ਦੇਵਾ, ਕਿਸੇ ਨੇ ਆਖਿਆ ਮਹਾਰਾਜ ਨਰ ਹਰ ਨਾਮ ਤੇ ਰਾਜਿਆਂ ਦਾ ਵੀ ਹੈ, ਬੜੇ ਬੜੇ ਰਾਜੇ ਤਖਤਾਂ ਤੇ ਬੈਠਦੇ, ਬੜੇ ਬੜੇ ਫੈਸਲੇ ਸੁਣਾ ਦਿੰਦੇ, ਝਾਟੀ ਜਿਹਨੂੰ ਮਰਜ਼ੀ ਡੰਨ ਲਾ ਕੇ ਜੇਲ੍ਹ ਵਿੱਚ ਸੁੱਟ ਦੇਣਾ, ਜਿਹਨੂੰ ਮਰਜ਼ੀ ਜੇਲ੍ਹ ਚੋਂ ਕੱਢ ਕੇ ਰਾਜਾ ਬਣਾ ਦੇਣਾ, ਫਿਰ ਰਾਜਿਆਂ ਦੇ ਨਾਮ ਨੂੰ ਜਪੀਏ ਨਾ? ਮਹਾਰਾਜ ਕਹਿੰਦੇ ਨਹੀਂ ਭਾਈ, ਰਾਜਿਆਂ ਦੀ ਗੱਲ ਨਹੀਂ ਹੈ, ਜੋ ਸਾਰਿਆਂ ਦਾ ਸਵਾਮੀ ਮਾਲਕ ਹੈ, ਜਿਹੜਾ ਰਾਜਿਆਂ ਨੂੰ ਵੀ ਬਣਾਉਣ ਵਾਲਾ ਹੈ। ਤੁਮ ਹੋ ਸਭ ਰਾਜਨ ਕੇ, ਜਿਹੜਾ ਸਾਰੇ ਰਾਜਿਆਂ ਦਾ ਰਾਜਾ ਹੈ, ਐਸੇ ਪਰਮੇਸ਼ਰ ਦੇ ਸਵਾਮੀ ਦੇ ਨਾਮ ਜਪਣ ਨੂੰ ਅਸੀਂ ਆਖਦੇ ਹਾਂ ਹਰ ਸਗਲ ਦੇਵ ਦੇਵਾ। ਉਸ ਵੇਲੇ ਕਿਸੇ ਨੇ ਆਖਿਆ ਮਹਾਰਾਜ ਸੰਸਾਰ ਵਿੱਚ ਸਵਾਮੀ ਤੇ ਆਮ ਹੀ ਮਿਲ ਜਾਣਗੇ, ਸਵਾਮੀ ਨਾਮ ਦੇ ਬੰਦੇ ਕਈ ਮਿਲ ਜਾਂਦੇ ਵੀ ਆ ਫਲਾਣਾ ਸਵਾਮੀ ਹੈ, ਫਲਾਣਾ ਸਵਾਮੀ ਹੈ। ਮਹਾਰਾਜ ਉਹਨਾਂ ਸਵਾਮੀਆਂ ਦੀ ਗੱਲ ਤਾਂ ਨਹੀਂ ਕਰਦੇ, ਜਿਵੇਂ ਇੱਕ ਰਾਧਾ ਸਵਾਮੀ ਨਾਮ ਦਾ ਵੀ ਵਿਅਕਤੀ ਹੈ ਨਾ, ਰਾਧਾ ਉਹਦੀ ਘਰ ਵਾਲੀ ਹੈ, ਅਤੇ ਉਹਦੇ ਘਰ ਵਾਲੇ ਨੂੰ ਆਮ ਹੀ ਲੋਕ ਸਵਾਮੀ ਜੀ ਕਹਿ ਕੇ ਬੁਲਾਉਂਦੇ ਸਨ। ਰਾਧਾ ਨਾਮ ਇਸਤਰੀ ਦਾ ਹੈ, ਸਵਾਮੀ ਉਹਦੇ ਨਾਮ ਪਤੀ ਦਾ ਹੈ, ਅਤੇ ਉੱਥੋਂ ਫਿਰ ਰਾਧਾ ਸਵਾਮੀ ਦਾ ਇਹ ਲਫ਼ਜ਼ ਲੋਕਾਂ ਨੇ ਅਪਣਾ ਲਿਆ, ਇਸੇ ਨੂੰ ਹੀ ਲੋਕ ਜਪੀ ਜਾਂਦੇ ਉਹਦੇ ਘਰ ਵਾਲੀ ਨੂੰ ਅਤੇ ਉਹਦੇ ਬੰਦੇ ਦੇ ਨਾਮ। ਮਹਾਰਾਜ ਕਿਹੜੇ ਸਵਾਮੀ ਦੀ ਗੱਲ ਕਰਦੇ ਪਏ? ਪਾਤਸ਼ਾਹ ਕਹਿੰਦੇ ਭਾਈ ਅਸੀਂ ਉਹ ਸਵਾਮੀ ਦੀ ਗੱਲ ਕਰਦੇ ਹਾਂ ਜਿਹੜਾ ਸਵਾਮੀ ਸਾਰਿਆਂ ਦਾ ਮਾਲਕ ਹੈ, ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਸ੍ਰੀ ਰਾਮ ਰਾਮ ਨਾਮਾ, ਸਗਲ ਦੇਵ ਦੇਵਾ, ਜਿਹੜਾ ਸਾਰਿਆਂ ਦੇਵਤਿਆਂ ਦਾ ਵੀ ਦੇਵਤਾ ਵੱਡਾ ਹੈ, ਪੂਜਨੇ ਯੋਗ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਜਿਹੜਾ ਸਾਰਿਆਂ ਨੂੰ ਵੇਖਦਾ ਪਿਆ ਦੇਵਤਿਆਂ ਨੂੰ, ਪਰ ਦੇਵਤਿਆਂ ਦੀ ਇੰਨੀ ਪਹੁੰਚ ਨਹੀਂ ਵੀ ਉਹਨੂੰ ਵੇਖ ਸਕਣ,
ਕਹਿੰਦੇ ਇਸ ਤਰ੍ਹਾਂ ਦਾ ਜੋ ਪਰਮਾਤਮਾ ਹੈ ਸਾਰਿਆਂ ਦੇਵਤਿਆਂ ਦਾ ਵੱਡਾ, ਤੇ ਦੇਵਤਿਆਂ ਦਾ ਵੱਡਾ ਦੇਵਤਾ ਇੰਦਰ ਨੂੰ ਮੰਨਿਆ, ਇੰਦਰ ਤੋਂ ਵੱਡਾ ਦੇਵਤਾ ਭਗਵਾਨ ਵਿਸ਼ਨੂੰ ਜੀ ਨੂੰ ਮੰਨਿਆ। ਕਹਿੰਦੇ ਨਹੀਂ ਭਾਈ, ਜਿਹੜਾ ਇਹਨਾਂ ਤੋਂ ਵੀ ਵੱਡਾ ਹੈ, ਇਹਨਾਂ ਨੂੰ ਵੀ ਜੋ ਬਣਾਉਣ ਵਾਲਾ ਹੈ, ਕੇਤੇ ਬਰਮੈ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵਦਾਨਵ ਮੁਨ ਕੇਤੇ ਕੇਤੇ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ ਨਾਨਕ। ਉਹਦਾ ਅੰਤ ਕੋਈ ਨਹੀਂ ਹੈ, ਜਿਹਨੇ ਸਭ ਕੁਝ ਬਣਾਇਆ ਹੈ, ਅਸੀਂ ਉਹਦੇ ਨਾਮ ਦੇ ਜਪਨ ਨੂੰ ਆਖਦੇ ਪਏ ਹਾਂ ਸ੍ਰੀ ਰਾਮ ਰਾਮ ਨਾਮਾ। ਮਹਾਰਾਜ ਕਹਿਣ ਲੱਗੇ ਰਾਮ ਰਾਮ ਜਪਿਆ ਕਰੋ ਭਾਈ, ਰਾਮ ਰਾਮ ਕਹਿ ਦਿਆ ਕਰੋ। ਸਵਾਲ ਕਰਨ ਵਾਲਾ ਫਿਰ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਮਹਾਰਾਜ ਰਾਮ ਤੇ ਭਗਵਾਨ ਰਾਮ ਚੰਦਰ ਨੂੰ ਵੀ ਕਿਹਾ, ਰਾਮ ਤੇ ਬਲਭੱਦਰ ਨੂੰ ਵੀ ਕਹਿ ਦਿੰਦੇ, ਰਾਮ ਤੇ ਪਰਸੂਰਾਮ ਨੂੰ ਵੀ ਕਹਿ ਦਿੰਦੇ, ਮਹਾਰਾਜ ਇਹਨਾਂ ਨੂੰ ਜਪਣ ਦੀ ਗੱਲ ਕਹਿੰਦੇ ਪਏ। ਮਹਾਰਾਜ ਕਹਿੰਦੇ ਨਹੀਂ ਭਾਈ, ਅਸੀਂ ਉਹ ਰਾਮ ਦੀ ਗੱਲ ਕਰਦੇ ਹਾਂ ਜਿਹੜਾ ਜਰੇ ਜਰੇ ਵਿੱਚ ਰਮਿਆ ਹੋਇਆ, ਜਿਹੜਾ ਕਣ ਕਣ ਵਿੱਚ ਸਮਾਇਆ, ਜਿਹੜਾ ਪਾਣੀ ਦੀ ਬੂੰਦ ਬੂੰਦ ਵਿੱਚ ਬੈਠਾ, ਮਿੱਟੀ ਦੇ ਕਣ ਕਣ ਵਿੱਚ ਬੈਠਾ, ਜਿਹੜਾ ਤੇਰੇ ਸਰੀਰ ਦੇ ਹਰੇਕ ਅੰਗ ਦੇ ਵਿੱਚ ਬੈਠਾ ਹੋਇਆ, ਜਿਹੜਾ ਸਾਹ ਰੂਪ ਹੋ ਕੇ ਤੇਰੇ ਅੰਦਰ ਜਾਂਦਾ ਪਿਆ, ਜਿਹੜਾ ਖੂਨ ਰੂਪ ਹੋ ਕੇ ਤੇਰੇ ਅੰਦਰ ਦੌੜਦਾ ਪਿਆ, ਅਸੀਂ ਉਸ ਰਾਮ ਦੀ ਗੱਲ ਕਰਦੇ ਜਿਹੜਾ ਰਮਿਆ ਹੋਇਆ, ਉਹਦੇ ਨਾਮ ਨੂੰ ਜਪਣਾ ਕਰ। ਹਰ ਪ੍ਰੀਤਮ ਮੋਰਾ, ਸਾਡਾ ਪ੍ਰੀਤਮ ਹੈ, ਮਾਲਕ ਹੈ, ਸਵਾਮੀ ਹੈ। ਰਹਾਉ ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ। ਗੁਰਮੁਖੋ, ਜਿਨ੍ਹਾਂ ਘਰਾਂ ਦੇ ਵਿੱਚ ਪ੍ਰਤੱਖ ਉਹਦੇ ਗੁਣ ਗਾਏ ਜਾਂਦੇ, ਕੁਝ ਇਹੋ ਜਿਹਾ ਘਰ ਵੀ ਨੇ ਰੱਬ ਦੀ ਕਿਰਪਾ ਵਾਲੇ, ਜਿਨ੍ਹਾਂ ਦੇ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਾਰਾ ਪਰਿਵਾਰ ਨਿਤਨੇਮ ਕਰਦਾ, ਬਾਣੀ ਪੜ੍ਹਦੇ, ਇਸ਼ਨਾਨ ਕਰਦੇ, ਐਸੇ ਵੀ ਘਰ ਹਨ ਗੁਰੂ ਕਿਰਪਾ ਵਾਲੇ। ਸੋ ਕਬੀਰ ਸਾਹਿਬ ਜੀ ਨੇ ਆਖਿਆ ਨਾ ਭਾਈ, ਕੁਝ ਘਰ ਉਹ ਨੇ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ, ਕੁਝ ਘਰ ਉਹ ਨੇ ਜਿੱਥੇ ਕਿਤੇ ਰੱਬ ਦਾ ਨਾਮ ਲਿਆ ਹੀ ਨਹੀਂ ਜਾਂਦਾ ਹੈ, ਜਿੱਥੇ ਨਾਮ ਨਹੀਂ ਲਿਆ ਜਾਂਦਾ, ਜਿੱਥੇ ਨਾਮ ਨਾ ਜਪੀਐ ਮੇਰੇ ਪਿਆਰੇ, ਬਾਣੀ ਦਾ ਬਚਨ ਆਉਂਦਾ ਸਹੀ ਨਗਰ ਉਜਾੜੀ ਜੀ, ਉਹ ਤਾਂ ਉਜੜਿਆ ਹੀ ਨਗਰ ਘਰ ਬਾਰ, ਉਹਦਾ ਕੀ ਕਰਨਾ। ਅਤੇ ਕੁਝ ਜਗ੍ਹਾ ਇਹੋ ਜਿਹੀਆਂ ਜਿੱਥੇ ਹਰ ਵੇਲੇ ਬਾਣੀ ਪੜ੍ਹੀ ਜਾਂਦੀ ਹੈ, ਉਹ ਸੋਭਾ ਪਾਉਂਦੇ। ਵਿਚਾਰ ਇਹ ਹੈ, ਮਹਾਰਾਜ ਕਹਿਣ ਲੱਗੇ ਬਚਨੇ ਆ ਗੁਰੂ ਕੇ ਪਿਆਰਿਆ, ਜਿੱਤ ਗ੍ਰਹਿ ਗੁਣ ਗਾਵਤੇ, ਜਿਹੜੇ ਆਪਣੇ ਘਰ ਵਿੱਚ ਪਰਮਾਤਮਾ ਦੇ ਗੁਣ ਗਾਉਂਦੇ ਹਨ। ਹਰ ਕੇ ਗੁਣ ਗਾਵਤੇ, ਮਹਾਰਾਜ ਕਿਹਦੇ ਗੁਣ ਗਾਈਏ? ਕਹਿੰਦੇ ਹਰੀ ਦੇ ਗੁਣ ਗਾਇਆ ਕਰੋ ਭਾਈ। ਹਰੀ ਕੌਣ ਹੈ? ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਦਾ। ਗੁਰਮੁਖੋ, ਹਰੀ ਦੇ ਵੀ ਕਈਆਂ ਨੇ ਬੜੇ ਅਰਥ ਕੀਤੇ ਨੇ। ਹਰੀ ਕਹਿੰਦੇ ਡੱਡੂ ਨੂੰ, ਹਰੀ ਕਹਿੰਦੇ ਬਾਂਦਰ ਨੂੰ, ਹਰੀ ਕਹਿੰਦੇ ਪਾਣੀ ਨੂੰ, ਹਰੀ ਕਹਿੰਦੇ ਹਾਥੀ ਨੂੰ। ਇਹ ਹਰੀ ਦੇ ਅਰਥ ਕੀਤੇ ਵੱਖਰੇ ਵੱਖਰੇ ਗ੍ਰੰਥਕਾਰਾਂ ਨੇ। ਪਾਤਸ਼ਾਹ, ਤੁਸੀਂ ਇੱਕ ਜੇ ਡੱਡੂ ਦਾ ਨਾਮ, ਹਾਥੀ ਦਾ ਨਾਮ, ਬਾਂਦਰ ਦਾ ਨਾਮ ਕਿਤੇ ਇਹ ਜਪਣ ਵਾਸਤੇ ਤਾਂ ਨਹੀਂ ਕਹਿੰਦੇ ਪਏ ਵੀ ਇਹਨਾਂ ਦੇ ਨਾਮ ਨੂੰ ਜਪ ਛੱਡਿਆ ਕਰੀਏ? ਨਾਰਦ ਮੁਨੀ ਨੇ ਵੀ ਜਾ ਕੇ ਭਗਵਾਨ ਵਿਸ਼ਨੂੰ ਨੂੰ ਆਖਿਆ ਸੀ ਨਾ ਕਿ ਮੈਨੂੰ ਹਰੀ ਦਾ ਰੂਪ ਦੇ ਦਿਓ। ਹਰੀ ਨਾਮ ਪਰਮੇਸ਼ਰ ਦਾ ਹੀ ਹੈ, ਵੀ ਆਪਣੇ ਵਰਗਾ ਹੀ ਦੇ ਦਿਓ। ਉਹਨਾਂ ਨੇ ਬਾਂਦਰ ਦਾ ਮੂੰਹ ਲਾ ਛੱਡਿਆ। ਕਹਿਣ ਲੱਗੇ ਤੇਰੇ ਉੱਥੋਂ ਸਮਝਾਇਆ ਹੀ ਨਹੀਂ ਸਾਨੂੰ, ਤੂੰ ਹਰੀ ਕਿਹਾ ਤੇ ਸਾਨੂੰ ਇਹ ਸਮਝ ਲੱਗਿਆ ਵੀ ਸ਼ਾਇਦ ਤੂੰ ਬਾਂਦਰ ਦਾ ਮੂੰਹ ਮੰਗਦਾ ਪਿਆ। ਇਸ ਤਰ੍ਹਾਂ ਕਰਕੇ ਉਹਦੀ ਨਿਰਾਦਰੀ ਕਰਵਾਈ ਨਾਰਦ ਮੁਨੀ ਨੇ। ਉਹਨੇ ਫਿਰ ਸ਼ਰਾਪ ਦਿੱਤਾ, ਕਹਿਣ ਲੱਗਾ ਜਿਵੇਂ ਮੇਰਾ ਹਾਸਾ ਹੋਇਆ ਹੈ ਨਾ, ਸਮਾਂ ਆਵੇਗਾ ਬਾਂਦਰਾਂ ਦੀ ਸੇਵਾ ਤੋਂ ਬਿਨਾਂ ਤੁਸੀਂ ਵੀ ਕਾਮਯਾਬ ਨਹੀਂ ਹੋਵੋਗੇ। ਅਤੇ ਫਿਰ ਬੰਤਰ ਕੀ ਸੇਵਾ,
ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੂਝਿਆ ਭਾਰ। ਰਾਮ ਜੀ ਨੂੰ ਫਿਰ ਬਾਂਦਰਾਂ ਦੀ ਫੌਜ ਲੈ ਕੇ ਲੰਕਾ ਤੇ ਚੜ੍ਹਾਈ ਕਰਨੀ ਪਈ। ਇਸ ਤਰ੍ਹਾਂ ਦੇ ਇਤਿਹਾਸ ਪ੍ਰਸੰਗ ਲਿਖੇ ਹੋਏ। ਪਾਤਸ਼ਾਹ ਕਹਿੰਦੇ ਨਹੀਂ, ਇੱਥੇ ਕਿਸੇ ਬਾਂਦਰ ਦੀ, ਡੱਡੂ ਦੀ, ਹਾਥੀ ਦੀ ਗੱਲ ਨਹੀਂ ਹੈ, ਪਾਣੀ ਦੀ ਗੱਲ ਨਹੀਂ ਹੈ। ਅਸੀਂ ਹਰੀ ਦਾ ਨਾਮ ਲਿਆ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦੇ ਭਾਈ ਗੁਣਾਂ ਨੂੰ ਗਾਉਣਾ ਕਰ। ਰਾਮ ਗੁਣ ਗਾਵਤੇ, ਉਹ ਜੋ ਰਾਮ ਹੈ ਨਾ, ਰਮਿਆ ਹੋਇਆ ਪਰਮੇਸ਼ਰ, ਉਹਦੇ ਗੁਣਾਂ ਨੂੰ ਗਾ ਭਾਈ, ਜਿਹੜਾ ਸਦਾ ਰਹਿਣ ਵਾਲਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਜਿਤ ਗ੍ਰਹਿ ਗੁਣ ਗਾਵਤੇ, ਹਰ ਉਹ ਘਰ ਕੀ ਹੈ ਸਾਡਾ, ਸਾਡਾ ਘਰ ਹੈ ਸਾਡਾ ਮਨ। ਇਹ ਮਨ ਰੂਪੀ ਘਰ ਦੇ ਵਿੱਚ ਉਸ ਪਰਮਾਤਮਾ ਦੇ ਗੁਣਾਂ ਨੂੰ ਹਰ ਵੇਲੇ ਗਾਇਆ ਕਰ ਗੁਰੂ ਕੇ ਪਿਆਰਿਆ। ਆਪਣੇ ਮਨ ਵਿੱਚ ਜਪ ਮਨ ਸਤਨਾਮ, ਸਦਾ ਸਤਨਾਮ, ਉਹਦੇ ਨਾਮ ਨੂੰ ਗਾਉਣਾ ਕਰ। ਹਰ ਕੇ ਗੁਣ ਗਾਵਤੇ, ਤਨ ਕਰਕੇ ਵੀ, ਸਰੀਰ ਕਰਕੇ ਵੀ ਗਾਈ ਚੱਲਿਆ ਕਰ। ਕਈ ਵਾਰੀ ਅਸੀਂ ਨਾ ਢਹਿ ਜਾਂਦੇ ਹਾਂ ਬੜੀ ਛੇਤੀ, ਹੌਸਲਾ ਛੱਡ ਬਈਦਾ। ਮੈਂ ਤੇ ਜਪਜੀ ਸਾਹਿਬ ਦਾ ਪਾਠ ਕੀਤਾ, ਮੇਰਾ ਤੇ ਮਨ ਨਹੀਂ ਟਿਕਿਆ। ਮਨ ਨਹੀਂ ਟਿਕਿਆ ਤਾਂ ਕੀ ਹੋਇਆ, ਸਰੀਰ ਕਰਕੇ ਤੇ ਪੜਿਆ ਹੀ ਹੈ, ਤੈਨੂੰ ਫਲ ਤੇ ਉਹ ਵੀ ਮਿਲ ਜਾਣਾ। ਐਵੇਂ ਹੌਸਲਾ ਨਾ ਢਾ ਛੱਡਿਆ ਕਰ ਵੀ ਮਨ ਨਹੀਂ ਟਿਕਿਆ। ਮਨ ਨਹੀਂ ਟਿਕਿਆ ਤੇ ਉਹ ਵੀ ਤੇ ਗੁਰੂ ਟਿਕਾਵੇਗਾ, ਪਰ ਤਨ ਤੇ ਟਿਕਿਆ ਨਾ, ਤਨ ਦਾ ਤੇ ਫਲ ਵੀ ਤੇ ਮਿਲੇਗਾ। ਇਸ ਕਰਕੇ ਤਨ ਕਰਕੇ ਹੀ ਜਪ ਲਿਆ ਕਰ, ਮਨ ਵੀ ਹੌਲੀ ਹੌਲੀ ਆਪੇ ਜਪੇਗਾ। ਤਨ ਕਰਕੇ ਵੀ ਜਪੇਗਾ ਤਾਂ ਵੀ ਤੇਰਾ ਭਲਾ ਹੋ ਜਾਣਾ ਹੈ। ਰਾਮ ਗੁਣ ਗਾਵਤੇ, ਬਾਣੀ ਕਰਕੇ ਵੀ ਆਖਿਆ ਕਰ, ਰਾਮ ਰਾਮ ਰਾਮ, ਬਾਣੀ ਕਰਕੇ, ਜ਼ੁਬਾਨ ਕਰਕੇ ਕਹਿ ਦਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਉਹਦੇ ਗੁਣਾਂ ਨੂੰ ਗਾਉਣਾ ਕਰ। ਤਿਤ ਗ੍ਰਹਿ ਵਾਜੇ ਪੰਜ ਸ਼ਬਦ, ਇਹ ਗੁਰਮੁਖੋ ਉਹਨਾਂ ਗੁਰਮੁਖਾਂ ਦੇ ਅੰਤਹਿਕਰਨ ਰੂਪੀ ਘਰ ਦੇ ਵਿੱਚ ਸ੍ਰੇਸ਼ਟ ਨਾਮਾਂ ਦੇ ਵਾਜੇ ਵੱਜਦੇ ਹਨ। ਜਾਂ ਕਹਿ ਲਈਏ ਜੋ ਸ੍ਰੇਸ਼ਟ ਪਰਮੇਸ਼ਰ ਹੈ ਬ੍ਰਹਮ, ਉਹਨਾਂ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਵਿੱਚ ਉਸ ਵੇਲੇ ਵੱਡ ਭਾਗ ਮਥੁਰਾ ਪ੍ਰਗਟ ਹੋ ਜਾਂਦਾ, ਜਿਨ੍ਹਾਂ ਦੇ ਵੱਡੇ ਭਾਗ ਪਰਮਾਤਮਾ ਨੇ ਮੱਥੇ ਦੇ ਲਿਖੇ ਹਨ। ਤਿੰਨ ਜਨ ਕੇ ਸਭ ਪਾਪ ਗਏ, ਜਿਹੜੇ ਨਾਮ ਜਪਦੇ ਨਾ ਉਹਨਾਂ ਦੇ ਸਾਰੇ ਪਿੱਛੇ ਕੀਤੇ ਹੋਏ ਪਾਪ ਖਤਮ ਹੋ ਜਾਂਦੇ। ਜਿਹੜੇ ਪਿੱਛੇ ਪਾਪ ਕੀਤੇ ਨਾ, ਜਿਨ੍ਹਾਂ ਕਰਕੇ ਅਸੀਂ ਦੁਨੀਆਂ 'ਚ ਆ ਕੇ ਬੈਠੇ ਹਾਂ, ਨਾਮ ਜਪਣ ਵਾਲਿਆਂ ਦੇ ਪਾਪ ਨਾਸ ਹੋ ਗਏ। ਭਾਵਨਾ ਦੇ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹਨੇ ਨਿਤਨੇਮ ਕੀਤਾ ਨਾ, ਭਾਵਨਾ ਸ਼ਰਧਾ ਦੇ ਨਾਲ ਤੇ ਨਿਤਨੇਮ ਕਰਕੇ ਜਿਹਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਆਪ ਨੇ ਮੇਰੇ ਕੋਲੋਂ ਇਹ ਬਾਣੀ ਗਵਾਈ ਹੈ, ਕਿਰਪਾ ਕੀਤੀ ਹੈ, ਐਸੀ ਭਾਵਨਾ ਵੇਖ ਕੇ ਮਹਾਰਾਜ ਨੇ ਆਖਿਆ, ਸਿੱਖ ਨੇ ਇੱਕ ਦਿਨ ਦਾ ਹੀ ਨਿਤਨੇਮ ਕੀਤਾ, ਭਾਵਨਾ ਵੇਖ ਕੇ ਕਹਿੰਦੇ ਚੱਲ ਫਿਰ ਤੇਰੇ 100 ਜਨਮ ਦੇ ਪਾਪ ਅਸੀਂ ਨਾਸ਼ ਕਰ ਦਿੱਤੇ, 100 ਜਨਮਾਂ ਦੀ ਮਾਫ਼ੀ ਪਿਛਲੇ ਕੀਤੇ ਹੋਏ ਕਰਮਾਂ ਦਾ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ, ਔਗਣਾਂ ਦੇ ਤੇ ਸਮੁੰਦਰ ਵਾਂਗੂ ਭਰੇ ਆ, 100 ਜਨਮ ਦੀ ਮਾਫ਼ੀ, ਇੱਕੇ ਜਨਮ ਦੇ ਵਿੱਚ ਇੱਕੇ ਦਿਨ ਦਾ ਨਿਤਨੇਮ, ਜੇ ਰੋਜ਼ ਨਿਤਨੇਮ ਗੁਰੂ ਕਾ ਪਿਆਰਾ ਕਰੇ ਤੇ ਫਿਰ ਸਾਰੇ ਪਾਪ ਨਾਸ ਹੀ ਹੋ ਜਾਣੇ, ਤੇ ਫਿਰ ਮੁਕਤੀ ਮਿਲੇਗੀ ਨਾ ਜ਼ਰੂਰ ਗੁਰੂ ਦੇ ਦਰ ਤੋਂ, ਐਸੀ ਵਡਿਆਈ ਮਿਲਦੀ ਹੈ। ਮਹਾਰਾਜ ਕਹਿਣ ਲੱਗੇ ਤਿੰਨ ਜਾਣ ਕੇ ਸਭ ਪਾਪ ਗਏ, ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪ ਬਾਣੀ ਪੜ੍ਹ ਕੇ ਚਲੇ ਜਾਂਦੇ ਹਨ। ਸਭ ਦੋਖ ਗਏ, ਦੋਖ ਤੋਂ ਭਾਵ ਜਿਹੜੇ ਦੋਸ਼ ਨੇ ਸਾਰੇ ਦੋਸ਼ ਵੀ ਚਲੇ ਜਾਂਦੇ। ਕਲੰਕ ਵੀ ਲੱਗ ਜਾਂਦਾ ਨਾ ਕਈਆਂ ਦੇ ਮੱਥੇ ਦੇ ਉੱਪਰ ਵੀ, ਆਹ ਬੰਦਾ ਇਸ ਤਰ੍ਹਾਂ ਦਾ, ਉਹ ਕਲੰਕ ਲੈਂਦਾ ਹੀ ਨਹੀਂ। ਨਾਮ ਜਪਣ ਵਾਲਿਆਂ ਦੇ ਕਲੰਕ ਵੀ ਉਤਰ ਜਾਂਦੇ, ਉਹਨਾਂ ਦੇ ਕਲੰਕ ਨੇੜੇ ਨਹੀਂ ਰਹਿੰਦਾ। ਬਾਲਮੀਕ ਨਾਮ ਦਾ ਸਾਧੂ ਹੋਇਆ, ਪਹਿਲਾਂ ਦੁਨੀਆਂ ਲੁੱਟੀ ਹੈ ਫਿਰ ਨਾਮ ਜਪਿਆ, ਅੱਜ ਦੁਨੀਆਂ ਉਹਨੂੰ ਨਮਸਕਾਰਾਂ ਕਰਦੀ ਹੈ, ਕਲੰਕ ਸਾਰੇ ਧੋਤੇ ਗਏ, ਰੱਬ ਦਾ ਪਿਆਰਾ ਕਰਕੇ ਉਸ ਨੂੰ ਮੱਥਾ ਟੇਕਿਆ ਜਾਂਦਾ।
ਤੇ ਭਾਈ ਵਿਧੀ ਚੰਦ ਹੋਏ ਨਾ ਪਹਿਲਾਂ ਮੱਝਾਂ ਚੁਰਾ ਲਿਆ ਕਰਦੇ, ਇਹ ਗੱਲ ਕੋਈ ਨਹੀਂ ਯਾਦ ਕਰਦਾ, ਪਰ ਗੁਰੂ ਦੀ ਸੇਵਾ ਕੀਤੀ ਹੈ ਸਾਰੇ ਦੋਸ਼ ਧੋਤੇ ਗਏ, ਨਾਮ ਜਪਣ ਵਾਲਿਆਂ ਦੇ ਸਾਰੇ ਦੋਸ਼ ਲੈ ਜਾਂਦੇ ਹਨ, ਸਭ ਰੋਗ ਗਏ। ਜਿਹੜੇ ਰੋਗ ਨੇ ਨਾ ਸਰੀਰ ਨੂੰ ਲੱਗੇ ਹੋਏ, ਵੀ ਕਦੇ ਕੋਈ ਰੋਗ ਹੈ ਕਦੇ ਕੋਈ ਬਿਮਾਰੀ ਹੈ, ਨਾਮ ਜਪਣ ਵਾਲਿਆਂ ਦੇ ਰੋਗ ਵੀ ਮੁੱਕ ਜਾਂਦੇ। ਸਰਬ ਰੋਗ ਕੋ ਔਖਦ ਨਾਮ, ਗੁਰਬਾਣੀ ਇਹੋ ਜਿਹਾ ਇਲਾਜ ਕਰਦੀ ਹੈ, ਰੋਗ ਕੋਈ ਰਹਿ ਨਹੀਂ ਜਾਂਦਾ। ਜਿਵੇਂ ਬੀਬੀ ਰਜਨੀ ਦੇ ਪਤੀ ਦਾ ਕੋੜ ਦਾ ਰੋਗ ਦੂਰ ਕੀਤਾ, ਬੜੀਆਂ ਸਾਖੀਆਂ ਨੇ ਇਤਿਹਾਸ ਵਿੱਚ, ਵਜ਼ੀਰ ਖਾਨ ਦਾ ਜਲੋਧਰ ਦਾ ਰੋਗ ਦੂਰ ਕੀਤਾ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ। ਪਟਿਆਲੇ ਦੀ ਧਰਤੀ 'ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਣਿਆ ਨਾ, ਇੱਥੇ ਮਹਾਰਾਜ ਨੇ ਸਰੋਵਰ ਬਣਵਾਇਆ ਨਾ, ਬਚਨ ਆਖਿਆ ਜਿਹੜਾ ਇਸ਼ਨਾਨ ਕਰੇਗਾ ਸੋ ਉਸਨੂੰ ਬੱਚੇ ਦੀ ਦਾਤ ਮਿਲਿਆ ਕਰੇ, ਵੀ ਉਹਦਾ ਗਰਭਪਾਤ ਨਹੀਂ ਹੋਇਆ ਕਰੇਗਾ। ਐਸੀਆਂ ਦਾਤਾਂ ਅੱਜ ਵੀ ਮਹਾਰਾਜ ਦਿੰਦੇ ਪਏ, ਤਾਂ ਹੀ ਰੱਖਿਆ ਨਾਮ ਦੁੱਖ ਨਿਵਾਰਨ, ਦੁੱਖਾਂ ਨੂੰ ਦੂਰ ਕਰਨ ਵਾਲਾ ਸਥਾਨ। ਐਸੀਆਂ ਦਾਤਾਂ ਮਹਾਰਾਜ ਦਿੰਦੇ ਹਨ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਇਹ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਹਨ। ਜਿਨ੍ਹਾਂ ਨੇ ਬਾਣੀ ਪੜ੍ਹੀ ਨਾਮ ਜਪਿਆ ਉਹਨਾਂ ਦੇ ਪੰਜੇ ਵਿਕਾਰ ਚਲੇ ਗਏ ਹਨ। ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ, ਜਿਹੜੇ ਪੰਜ ਚੋਰ ਨੇ ਵਿਕਾਰ ਮਹਾਰਾਜ ਨੇ ਮਾਰ ਕੇ ਬਾਹਰ ਕੱਢ ਦਿੱਤੇ, ਦੂਰ ਕਰ ਦਿੱਤੇ ਹਨ। ਹਰ ਰਾਮ ਬੋਲੋ ਹਰ ਸਾਧੂ, ਹਰ ਜਨ ਕੇ ਸਾਧੂ। ਮਹਾਰਾਜ ਕਹਿਣ ਲੱਗੇ ਭਾਈ ਜੋ ਹਰੀ ਹਰ ਰਾਮ ਹਰੀ ਹਰ ਪਰਮੇਸ਼ਰ ਹੈ ਉਹਦੇ ਨਾਮ ਨੂੰ ਜਪੋ। ਭਾਈ ਮਹਾਰਾਜ ਕਿਵੇਂ ਜਪੀਏ? ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹਦੇ ਨਾਮ ਨੂੰ ਜਪਣਾ ਕਰੋ। ਹਰ ਕੇ ਜਨ ਸਾਧੂ, ਜਿਹੜੇ ਰੱਬ ਦੇ ਪਿਆਰੇ ਸਾਧੂ ਜਿਨ੍ਹਾਂ ਨੇ ਮਨ ਸਾਧਿਆ ਹੋਇਆ ਹੈ। ਜਗਦੀ ਜਪੋ ਮਨ ਬਚਨ ਕਰਮ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਨ ਸਾਧੂ ਜਗਦੀਸ਼ ਜਪੋ, ਜਿਹੜਾ ਜਗਤ ਦਾ ਈਸ਼ਵਰ ਹੈ ਨਾ ਪਰਮੇਸ਼ਰ, ਉਹਦੇ ਨਾਮ ਨੂੰ ਭਾਈ ਜਪਣਾ ਕਰੋ। ਮਨ ਬਚਨ ਕਰਮ ਹਰ ਹਰ ਅਰਾਧੂ, ਮਨ ਕਰਕੇ ਵੀ ਜਪਿਆ ਕਰ, ਕਰਮਾਂ ਕਰਕੇ ਵੀ ਜਪਿਆ ਕਰ, ਉਸ ਪਰਮਾਤਮਾ ਨੂੰ ਅਰਾਧਨਾ ਕਰ। ਹਰ ਕੇ ਜਨ ਸਾਧੂ, ਇਸ ਕਰਕੇ ਹਰੀ ਦੇ ਜਨ ਜਿਹੜੇ ਸਾਧੂ ਨੇ ਭਾਈ ਨਾਮ ਜਪਣਾ ਕਰੋ। ਹਰ ਰਾਮ ਬੋਲ ਹਰ ਰਾਮ ਬੋਲ, ਇਸ ਕਰਕੇ ਮੁੱਖੋ ਆਖਿਆ ਕਰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਮੁੱਖੋ ਕਹਿਣਾ ਕਰ। ਸਭ ਪਾਪ ਗਵਾ, ਸਾਰੇ ਪਾਪ ਤੇਰੇ ਚਲੇ ਜਾਣਗੇ, ਗਵਾਧੂ ਕਹੀਏ ਗਵਾਚ ਹੀ ਜਾਣਗੇ, ਪਰੇ ਹੋ ਜਾਣਗੇ, ਨਾਸ ਹੋ ਜਾਣਗੇ, ਰਹਿੰਦੇ ਨਹੀਂ ਹਨ। ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਿਤ ਨਿਤ ਜਾਗਰਣ ਕਰੋ ਸਦਾ ਸਦਾ, ਸਦਾ ਵਾਸਤੇ ਰੱਬ ਦੇ ਨਾਮ ਦੇ ਵਿੱਚ ਜਾਗਰਣ ਕਰੋ, ਜਾਗਣਾ ਕਰੋ। ਸੋ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਉਹਦੇ ਨਾਮ ਦੇ ਵਿੱਚ ਇਸ ਤਰ੍ਹਾਂ ਜਪਣਾ ਕਰ। ਆਨੰਦ ਜਪ ਜਗਦੀਸ਼ਰੋ, ਜਿਹੜਾ ਜਗਤ ਦਾ ਈਸ਼ਵਰ ਪਰਮੇਸ਼ਰ ਹੈ ਉਹਦੇ ਨਾਮ ਨੂੰ ਜਪ ਕੇ ਆਨੰਦ ਲੈਣਾ ਕਰੋ। ਭਾਈ ਮਨ ਇੱਛੇ ਫਲ ਪਾਵੋ, ਸਭੇ ਫਲ ਪਾਵੋ, ਮਨ ਇੱਛਿਤ ਫਲ ਪ੍ਰਾਪਤ ਹੁੰਦੇ ਨਾਮ ਜਪ ਕੇ, ਜਿਹੜੀ ਵੀ ਮਨ ਦੀ ਇੱਛਾ ਹੋਵੇ ਨਾਮ ਜਪ ਕੇ ਉਹ ਫਲ ਮਿਲਦਾ ਹੈ। ਧਰਮ ਅਰਥ ਕਾਮ ਮੋਖ, ਕਹਿਣ ਲੱਗੇ ਧਰਮ ਦੀ ਪ੍ਰਾਪਤੀ ਹੋਣੀ, ਵੀ ਧਰਮ ਦੇ ਵਿੱਚੋਂ ਕਦੇ ਡੋਲਣਾ ਨਾ, ਜਿਵੇਂ ਭਾਈ ਤਾਰੂ ਸਿੰਘ ਦਾ ਖੋਪੜਾ ਉਤਰਿਆ ਹੈ ਪਰ ਧਰਮ ਤੋਂ ਨਹੀਂ ਡੋਲਿਆ, ਮਤੀ ਦਾਸ ਨੂੰ ਆਰੇ ਨਾਲ ਚੀਰਿਆ ਧਰਮ ਤੋਂ ਨਹੀਂ ਡੋਲਿਆ, ਇਸ ਤਰ੍ਹਾਂ ਧਰਮ ਵਾਲੇ ਬਣ ਜਾਈਦਾ। ਅਰਥ ਕਹੀਏ ਲੋੜਵੰਦ ਸਾਰੇ ਪਦਾਰਥ ਮਿਲ ਜਾਂਦੇ,
ਕਾਮ ਕਹੀਏ ਮੁੱਖ ਕਾਮਨਾ ਜਿਹੜੀ ਹੋਵੇ ਉਹ ਪੂਰੀ ਹੋ ਜਾਂਦੀ ਹੈ, ਮੋਕਸ਼ ਨਾਮ ਮੁਕਤੀ ਦਾ ਮੁਕਤੀ ਮਿਲਦੀ ਹੈ। ਜਨ ਨਾਨਕ ਹਰ ਸਿਓ ਮਿਲੇ ਹਰ ਭਗਤ ਤੋਰਾ, ਜਿਹੜੇ ਰੱਬ ਦੇ ਭਗਤ ਨੇ ਰੱਬ ਨਾਲ ਭਗਤ ਮਿਲ ਜਾਂਦੇ, ਕਿਉਂਕਿ ਪਰਮਾਤਮਾ ਭਗਤ ਤੋਰਾ ਉਹ ਭਗਤ ਤੇਰੇ ਨੇ, ਤੇਰਾ ਨਾਮ ਜਪ ਕੇ ਤੇਰੇ ਵਿੱਚ ਮਿਲ ਗਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਮੇਲ ਮਨ ਇੱਛੇ ਫਲ ਪਾਵੋ, ਸਭੇ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਓ ਮਿਲੇ ਹਰ ਭਗਤ ਤੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।